ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਫਿਰ ਜੁੜ ਕੇ ਬੈਠੇ ਹਾਂ ਔਰ ਯੂ ਨੋ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਇੱਕ ਗੱਲ ਹੈਗੀ ਹੈ ਸ਼ੇਅਰ ਕਰਦੀ ਹਾਂ ਕਿ ਕਮਿਊਨਿਟੀ ਦੇ ਵਿੱਚ ਹੋਣਾ ਔਰ ਕੋਈ ਤੁਹਾਡੇ ਕੋਲ ਐਸਾ ਸਵਾਲ ਆਉਣਾ ਜਿਹਦੇ 'ਚ ਤੁਹਾਨੂੰ ਪਹਿਲੂ ਦੇ ਸਾਰੇ ਬੰਦੇ ਜਾਣਦੇ ਆ, ਸਾਰੇ ਪਾਸੋਂ ਸਾਰੇ ਐਂਗਲਸ ਤੋਂ ਉਹ ਕੁਐਸਚਨ ਆ ਰਿਹਾ ਹੋਏ, ਅਤੇ ਮੈਨੂੰ ਲੱਗਦਾ ਉਹਦੇ ਪ੍ਰੋਸ ਐਂਡ ਕੌਨਸ ਦੋਨੋਂ ਹੈਗੇ ਹੈ ਕਿ ਅੱਜ ਬਿਨਾਂ ਕਿਸੇ ਡਿਲੇ ਦੇ ਮੈਂ ਤੁਹਾਨੂੰ ਇਸ ਸਵਾਲ ਬਾਰੇ ਸ਼ੇਅਰ ਕਰਦੀ ਹਾਂ ਜੋ ਅੱਜ ਸਾਡੇ ਸਾਹਮਣੇ ਹੈ। ਇੱਕ ਯੰਗ ਮੁੰਡਾ ਐਕਚੁਅਲੀ ਉਹੀ ਜਿਵੇਂ ਮੈਂ ਪਹਿਲੇ ਸ਼ੇਅਰ ਕੀਤਾ ਕਿ ਮੈਨੂੰ ਸਾਰੇ ਜਾਣਦੇ ਹੈ, ਸਾਰਿਆਂ ਨੇ ਉਹਦੀ ਗੱਲ ਜਿਹੜੀ ਸਿਚੁਏਸ਼ਨ ਪੈਦਾ ਹੋਈ ਹੈ ਉਹ ਇੰਪਲੋਇਰ ਕੁਲੀਗਸ ਉਹ ਖੁਦ ਉਹਦੀ ਮਦਰ ਸਾਰਿਆਂ ਨੇ ਅਪਰੋਚ ਕੀਤਾ, ਪਰ ਅੱਜ ਮੈਂ ਜੋ ਸਵਾਲ ਤੁਹਾਡੇ ਅੱਗੇ ਯੂ ਨੋ ਕੁਐਸਚਨ ਪੁੱਟ ਕਰਨਾ ਚਾਹ ਰਹੀ ਹਾਂ ਉਹ ਮਦਰ ਦੇ ਬਿਹਾਫ 'ਤੇ। ਲੈਟਸ ਔਨ ਬਿਹਾਫ ਆਫ ਮਦਰ ਦੇਖੀਏ ਕਿ ਸਿਚੁਏਸ਼ਨ ਕੀ ਹੈ। ਸੋ ਇਹ ਮਾਂ ਪੁੱਛ ਰਹੀ ਹੈ ਕਿ ਯੰਗ ਮੁੰਡਾ ਯੂ ਨੋ ਜੋਬ ਕਰ ਰਿਹਾ ਸੀ ਪਿਛਲੇ ਕੁਛ ਦੇਰ ਤੋਂ, ਇੱਕ ਕੁੜੀ ਦੇ ਬਾਰੇ ਬਹੁਤ ਜ਼ਿਆਦਾ ਸੋਚ ਰਿਹਾ, ਮਾਂ ਨੇ ਕਾਫੀ ਸਾਥ ਦਿੱਤਾ, ਕੋਈ ਔਨਲਾਈਨ ਮਿਲਿਆ ਐਂਡ ਦੈਨ ਜਾ ਕੇ ਇੰਡੀਆ ਕੁੜੀ ਹੈ, ਜਾ ਕੇ ਜਦੋਂ ਮਿਲਿਆ ਤਾਂ ਗੱਲ ਉੱਥੇ ਖਤਮ ਹੋ ਗਈ। ਕਹਿੰਦਾ ਆ ਕਿ ਉਹਨੇ ਕਿਹਾ ਕਿ ਨਹੀਂ ਨਹੀਂ ਕਰਨਾ, ਮੈਂ ਕੋਈ ਅੱਗੇ ਗੱਲ ਨਹੀਂ ਕਰਨੀ। ਸੋ ਹੀ ਗੋਟ ਸੋ ਇਨਵੋਲਵਡ ਕਿ ਉਹ ਬਹੁਤ ਜਿਵੇਂ ਕਹਿੰਦਾ ਕਿ ਮੈਂ ਆਪਣਾ ਦਿਲ ਦੇ ਚੁੱਕਾ ਉਹਨੂੰ ਐਂਡ ਹੀ ਇਜ਼ ਅਬਸੈਸਡ ਬਾਏ ਦੈਟ ਗਰਲ, ਔਰ ਮਨ ਆਪਣਾ ਹਟਾ ਨਹੀਂ ਪਾ ਰਿਹਾ ਉੱਥੇ, ਦਿਲ ਨਾ ਕੰਮ ਦੇ ਵਿੱਚ ਨਾ ਘਰ ਵਿੱਚ ਨਾ ਕਿਸੇ ਹੋਰ ਚੀਜ਼। ਸੋ ਮੰਨਦਾ ਹੈ ਕਿ ਹਾਂ ਮੇਰੀ ਓਬਸੈਸ਼ਨ ਹੈ, ਉਹ ਕੁੜੀ ਹਾਂ ਨਹੀਂ ਕਰ ਰਹੀ, ਨਾ ਹੀ ਸ਼ੀ ਇਜ਼ ਪਲੇਇੰਗ ਗੇਮਸ ਵਿਦ ਮੀ ਕਿ ਕਹਿ ਰਹੀ ਹੋਏ ਕਿ ਨਹੀਂ ਠੀਕ ਹੈ ਹੁਣ ਕਰ ਲਾਂਗੇ ਫਿਰ ਨਹੀਂ। ਸੋ ਸ਼ੀ ਇਜ਼ ਕਲੀਅਰ ਕਿ ਨਹੀਂ ਤੂੰ ਯੂ ਨੋ ਸਾਡਾ ਫਿਊਚਰ ਇਕੱਠੇ ਨਹੀਂ ਹੈਗਾ, ਮੈਂ ਹਾਲੇ ਕਿਸੇ ਨਾਲ ਨਹੀਂ ਹੋਣਾ। ਸ਼ੀ ਇਜ਼ ਬੀਂਗ ਵੈਰੀ ਸਟ੍ਰੇਟ ਫੋਰਵਰਡ, ਬਟ ਉਹ ਉਮੀਦ ਲਾ ਕੇ ਬੈਠਾ ਹੋਇਆ। ਇਸ ਪੀਰੀਅਡ ਦੇ ਵਿੱਚ ਮਾਂ ਨੇ ਕਾਫੀ ਸਾਥ ਦਿੱਤਾ, ਇੰਡੀਆ ਜਾ ਕੇ ਮਾਂ ਮਿਲੀ ਵੀ, ਇਹਦੇ ਵੱਲੋਂ ਗਿਫਟਸ ਵੀ ਦਿੱਤੇ, ਸਾਰਾ ਕੁਛ ਹੋਇਆ। ਸੋ ਹੁਣ ਉਹ ਇਨਵੋਲਵਡ ਹੈ ਮਦਰ ਕਾਫੀ, ਔਰ ਜਦੋਂ ਵੀ ਥੋੜ੍ਹੀ ਜਿਹੀ ਉਹ ਗੱਲ ਕੁੜੀ ਕਰ ਲੈਂਦੀ ਹੈ ਤਾਂ ਮਦਰ ਫਿਰ ਯੂ ਨੋ ਕਿਉਂਕਿ ਇਹ ਆਸ਼ਾਵਾਦੀ ਹੋ ਜਾਂਦਾ, ਹੋਪਫੁੱਲ ਹੋ ਜਾਂਦਾ, ਅਤੇ ਉਹ ਫਿਰ ਮਦਰ ਥੋੜ੍ਹਾ ਜਿਹਾ ਸਾਥ ਦੇ ਦਿੰਦੀ ਹੈ ਪੁੱਛਣ ਵਿੱਚ ਜਾਂ ਪਤਾ ਕਰਨ 'ਚ ਉਸ ਕੁੜੀ ਦੇ ਬਾਰੇ। ਸੋ ਬਟ ਲੇਟੈਸਟ ਜੋ ਸਾਡੇ ਮੇਰੇ ਤੱਕ ਗੱਲ ਆਈ ਹੈ ਉਹ ਇਹ ਕਿ ਇਸ ਓਬਸੈਸ਼ਨ ਦੇ ਵਿੱਚ, ਜਾਂ ਮੁੰਡਾ ਕਹਿ ਰਿਹਾ ਕਿ ਮੇਰਾ ਕਸੂਰ ਇਹ ਹੈ ਕਿ ਮੇਰਾ ਇਸ ਓਬਸੈਸ਼ਨ ਦੇ ਵਿੱਚ ਜ਼ਿਆਦਾ ਪੀਣ ਲੱਗ ਗਿਆ, ਜੋਬ ਦੇ ਉੱਤੇ ਪੀ ਕੇ ਆ ਗਿਆ, ਸੋ ਜੋਬ ਤੋਂ ਸਸਪੈਂਡ ਹੋ ਗਿਆ। ਸੋ ਹੁਣ ਮਦਰ ਬਹੁਤ ਦੁਖੀ ਹੈ ਔਰ ਕਹਿ ਰਹੀ ਹੈ ਕਿ ਮੈਨੂੰ ਦੱਸੋ ਮੈਂ ਕੀ ਕਰਾਂ। ਸ਼ੀ ਇਜ਼ ਰੀਅਲੀ ਮੈਡ ਕਿ ਖਾਲੀ ਕੁੜੀ ਹੀ ਨਹੀਂ ਇੰਨਾ ਤੰਗ ਕਰ ਰਿਹਾ ਸੀ ਕਿ ਹਾਂਜੀ ਹੋਰ ਕੋਈ ਨਾ ਕਿਸੇ ਕੁੜੀ ਬਾਰੇ ਸੋਚਣਾ, ਨਾ ਕੋਈ ਕੁੜੀ ਦੇਖਣੀ, ਬਸ ਉਸ ਕੁੜੀ ਦੇ ਬਾਰੇ ਜਿਹੜਾ ਕਿ ਪਤਾ ਹੀ ਹੈ ਕਿ ਉਸ ਕੁੜੀ ਨੇ ਨਹੀਂ ਕਰਨਾ, ਫਿਰ ਵੀ ਇੰਜ ਤੰਗ ਕਰ ਰਿਹਾ ਸੀ ਅਤੇ ਹੁਣ ਇਸ ਤਰ੍ਹਾਂ ਦੀ ਬਦਤਮੀਜ਼ੀ ਕੀਤੀ ਹੈ ਆਫਿਸ ਦੇ ਵਿੱਚ, ਪੀ ਕੇ ਚਲਾ ਗਿਆ ਐਂਡ ਜੋਬ ਤੋਂ ਛੁੱਟੀ ਹੋ ਗਈ ਹੈ। ਸੋ ਕਹਿ ਰਹੀ ਹੈ ਕਿ ਦੱਸੋ ਮੈਂ ਕੀ ਕਰਾਂ, ਮੈਂ ਕਿੱਥੇ ਗਲਤ ਹਾਂ ਔਰ ਮੈਂ ਕੀ ਕਰਾਂ, ਵੋਟ ਸ਼ੁੱਡ ਆਈ ਡੂ, ਪਲੀਜ਼ ਜ਼ਰੂਰ ਕਾਲ ਕਰਕੇ ਦੱਸੋ। ਆਫਕੋਰਸ ਇਹਦੇ ਵਿੱਚ ਇਹ ਲੱਗ ਰਿਹਾ, ਔਰ ਮੁੰਡੇ ਦਾ ਕਹਿਣਾ ਕਿ ਮੈਂ ਗਰਮੋ ਗਰਮੀ ਦੇ ਵਿੱਚ ਮੇਰਾ ਦਿਮਾਗ ਖਰਾਬ ਹੋ ਜਾਂਦਾ ਹੈ, ਮੈਂ ਬੋਲ ਗਿਆ ਕਿਉਂਕਿ ਉਹ ਸਾਰਾ ਕਸੂਰ ਉਸ ਕੁੜੀ ਦਾ ਹੈ ਕਿਉਂਕਿ ਉਹ ਮੇਰੇ ਸਿਰ 'ਤੇ ਚੜੀ ਹੋਈ ਹੈ। ਸੋ ਜ਼ਰੂਰ ਮੁੰਡੇ ਨਾਲ ਵੀ ਗੱਲ ਕਰੋ, ਮਦਰ ਨਾਲ ਵੀ ਗੱਲ ਕਰੋ ਕਿ ਮੁੰਡੇ ਦਾ ਜਿਹੜਾ ਐਕਸਕਿਊਜ਼ ਹੈ ਕਿ ਮੈਂ ਸਾਰਾ ਕੁਛ ਕਿਉਂ ਕੀਤਾ, ਬਿਕੋਜ਼ ਉਹ ਕੁੜੀ ਜਿਹੜੀ ਕਿ ਸਿਰ 'ਤੇ ਚੜੀ ਹੋਈ ਹੈ, ਜਿਹਨੇ ਇਹਨੂੰ ਕਦੀ ਵਾਅਦਾ ਨਹੀਂ ਕੀਤਾ, ਕਦੀ ਉਹਨੂੰ ਹੋਪ ਨਹੀਂ ਦਿੱਤੀ ਕਿ ਹਾਂ ਸਾਡਾ ਫਿਊਚਰ ਹੈ ਇਕੱਠੇ, ਬਟ ਹੀ ਇਜ਼ ਫੋਲਿੰਗ ਫੋਰ ਹਰ, ਕਸੂਰ ਉਹਦਾ। ਸੋ ਬੜਾ ਕਲੀਅਰ ਇੱਕ ਤਰ੍ਹਾਂ ਨਾਲ ਕੇਸ ਹੈਗਾ ਜਿਹਦੇ ਵਿੱਚ ਡਿਪੈਂਡੈਂਸੀ ਕੁਛ ਨਾ ਕੁਛ ਤਾਂ ਜ਼ਰੂਰ ਹੋਏਗੀ, ਜਿਸਨੂੰ ਆਪ ਇੱਕ ਜਵਾਨ ਬੰਦੇ ਨੂੰ ਇਹ ਨਾ ਪਤਾ ਲੱਗੇ ਕਿ ਮੈਂ ਸ਼ਰਾਬ ਦੇ ਨਸ਼ੇ ਦੇ ਵਿੱਚ, ਮੈਂ ਸ਼ਰਾਬ ਕਿੱਥੇ ਪੀਣੀ ਹੈ ਕਿੱਥੇ ਨਹੀਂ, ਫਸਟ ਕੰਮ ਦੇ ਉੱਤੇ ਸ਼ਰਾਬ ਪੀ ਲਈ ਐਂਡ ਫਿਰ ਇਹ ਕਿ ਸ਼ਰਾਬ ਪੀਂਦੇ ਹੋਏ ਤੁਸੀਂ ਕਿਸੇ ਨਾਲ ਬਦਤਮੀਜ਼ੀ, ਆਪਣੇ ਕਿਸੇ ਸੀਨੀਅਰ ਆਫਿਸਰ ਨਾਲ ਬਦਤਮੀਜ਼ੀ ਕਰਦੇ ਹੋ ਅਤੇ ਯੂ ਨੋ ਇਹ ਸੋਚੇ ਬਿਨਾਂ ਕਿ ਉਹਦੇ ਕੋਨਸੀਕੁਐਂਸਿਸ ਕੀ ਹੋ ਸਕਦੇ ਹੈ, ਸੋ ਇਹਦਾ ਮਤਲਬ ਕਿ ਆਪੇ ਤੋਂ ਬਾਹਰ ਚੀਜ਼ ਹੈਗੀ ਹੈ। ਸੋ ਹੁਣ ਪਛਤਾ ਰਿਹਾ, ਬਟ ਇਹੀ ਸੋਚ ਹਾਲੇ ਵੀ ਐਕਸਕਿਊਜ਼ ਇਸ ਚੀਜ਼ ਦਾ ਹੈ ਕਿ ਕੁੜੀ ਨੇ ਮੇਰਾ ਦਿਮਾਗ ਖਰਾਬ ਕੀਤਾ ਹੋਇਆ ਔਰ ਮੈਨੂੰ ਯੂ ਨੋ ਕੁਛ ਮੇਰਾ ਠੀਕ ਹੋ ਜਾਣਾ ਚਾਹੀਦਾ, ਵਾਪਸ
ਮੈਨੂੰ ਬੁਲਾ ਲੈਣਾ ਚਾਹੀਦਾ ਕੰਮ 'ਤੇ। ਸੋ ਕੀ ਕਹਿੰਦੇ ਹੋ ਇਹਨਾਂ ਨੂੰ ਔਰ ਮਦਰ ਨੂੰ? ਮਦਰ ਆਏ ਨੋ ਫਸੇ ਹੋਏ ਹੈ ਇਸ ਵੇਲੇ, ਮਦਰ ਨੂੰ ਵੀ ਕੀ ਕਹੋਗੇ, ਮੁੰਡੇ ਨੂੰ ਕੀ ਕਹੋਗੇ? ਜ਼ਰੂਰ ਯੂ ਨੋ ਨਾਲ ਜੁਆਇਨ ਕਰੋ ਔਰ ਜ਼ਰੂਰ ਦੱਸੋ ਕਿ ਕੀ ਸੋਚਦੇ ਹੋ ਤੁਸੀਂ ਮਦਰ ਦਾ ਇਸ ਵੇਲੇ। ਅਫਕੋਰਸ ਸ਼ੀ ਇਜ਼ ਵੈਰੀ ਅਪਸੈਟ, ਬਾਕੀ ਇੱਕ ਖੁੱਲ੍ਹਾ ਮੰਚ ਹੈ ਪਿਆਰ ਨਾਲ ਅਸੀਂ ਸਾਰਿਆਂ ਨੂੰ, ਅਸੀਂ ਜਜਮੈਂਟਲ ਨਹੀਂ ਹੋਣਾ ਯੂ ਨੋ, ਕਿਉਂਕਿ ਅਸੀਂ ਸਾਰੇ ਉਸ ਸਿਚੁਏਸ਼ਨ 'ਚ ਹੋ ਸਕਦੇ ਹਾਂ। ਇਸ ਮੁੰਡੇ ਦੀ ਸਿਚੁਏਸ਼ਨ 'ਚ ਵੀ ਮੈਂ ਆਪਣੇ ਆਪ ਨੂੰ ਦੇਖ ਸਕਦੀ ਹਾਂ ਕਿ ਮੈਂ ਹੋ ਸਕਦੀ ਹਾਂ ਉਹਦੀ ਜਗ੍ਹਾ ਹੁੰਦੀ, ਮਾਂ ਦੀ ਜਗ੍ਹਾ 'ਤੇ ਵੀ ਮੈਂ ਹੋ ਸਕਦੀ ਹਾਂ ਕਿ ਮੈਂ ਹੁੰਦੀ, ਕਿਉਂਕਿ ਪਹਿਲੇ ਤੁਸੀਂ ਪਿਆਰ ਕਰਦੇ ਰਹਿੰਦੇ ਹੋ, ਉਹਦੀ ਗੱਲ ਸੁਣਦੇ ਰਹਿੰਦੇ ਹੋ, ਐਂਡ ਫਿਰ ਸਡਨਲੀ ਯੂ ਸੀ ਕਿ ਯੂ ਨੋ ਪਾਣੀ ਸਿਰੋਂ ਲੰਘੀ ਜਾ ਰਿਹਾ। ਸੋ ਡੈਫੀਨੇਟਲੀ ਵੀ ਡੋਂਟ ਹੈਵ ਟੂ ਬੀ ਜਜਮੈਂਟਲ, ਪਰ ਫਿਰ ਵੀ ਇੱਕ ਆਊਟਸਾਈਡਰ ਹੋ ਕੇ ਜਦੋਂ ਅਸੀਂ ਕੁਛ ਯੂ ਨੋ ਰਾਏ ਦੇ ਸਕਦੇ ਹਾਂ, ਇੱਕ ਓਪੀਨੀਅਨ ਦੇ ਸਕਦੇ ਹਾਂ, ਉਹ ਬਹੁਤ ਫਰੂਟਫੁੱਲ ਹੁੰਦੀ ਹੈ। ਸੋ ਹੋਪਫੁਲੀ ਬਹੁਤ ਡੀਸੈਂਸੀ ਮੇਨਟੇਨ ਕਰਕੇ ਸਭ ਯੂ ਨੋ ਪਿਆਰ ਦੇ ਨਾਲ ਦੋਨਾਂ ਜਣਿਆਂ ਨੂੰ ਮੈਸੇਜ ਜ਼ਰੂਰ ਦੇਣਗੇ ਕਿ ਮੁੰਡੇ ਨੂੰ ਕੀ ਕਹੋਗੇ ਅਤੇ ਯੂ ਨੋ ਮਦਰ ਨੂੰ ਕੀ ਕਹੋਗੇ। ਅਤੇ ਇਸ ਤਰ੍ਹਾਂ ਕਰਦੇ ਹਾਂ, ਤੁਸੀਂ ਆਰਾਮ ਨਾਲ ਸੋਚ ਲਓ, ਜ਼ਰੂਰ ਆਪਣੀ ਤਿਆਰੀ ਕਰ ਲਓ ਫਿਊ ਵਰਡਸ ਦੇ ਵਿੱਚ, ਜ਼ਰੂਰ ਕੋਈ ਲੰਬੀਆਂ ਕਹਾਣੀਆਂ ਨਹੀਂ, ਕਿਉਂਕਿ ਸਾਰਿਆਂ ਦੀ ਤਾਂ ਕਿ ਅਸੀਂ ਕਾਲਸ ਲੈ ਸਕੀਏ, ਪਰ ਤੁਸੀਂ ਸੋਚ ਕੇ ਰੱਖੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਵਾਪਸ ਹਾਜ਼ਰ ਹੋਣੀ ਹਾਂ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਨੇ। ਜ਼ਰੂਰ ਇਸ ਮਾਂ ਅਤੇ ਬੇਟੇ ਦੋਨਾਂ ਨਾਲ ਗੱਲ ਕਰੋ, ਮੈਂ ਇਹਨਾਂ ਨੂੰ ਪੁੱਛਦੀ ਹਾਂ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਮਿਨ ਜੀ। ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹੋਗੇ? ਅੱਜ ਮੈਂ ਕਹਾਂਗੀ ਭੈਣ ਜੀ, ਇਹ ਲੜਕੇ ਨੂੰ ਪਹਿਲਾਂ ਬਈ ਆਪਣੇ ਆਪ ਨੂੰ ਇਕੱਲਾ ਨਾ ਸਮਝੇ, ਤੇ ਹੋਰ ਵੀ ਬੜੇ ਇਹ ਸਿਚੁਏਸ਼ਨ ਹੋਣਗੇ, ਕੋਈ ਮੁੰਡਾ ਕੁੜੀ ਤੇ ਮਰਦਾ ਹੋਏ ਜਾਂ ਕੁੜੀ ਮੁੰਡੇ ਤੇ ਯੰਗ ਹੈਗਾ ਤੇ ਠੀਕ ਆ, ਜੋ ਹੋ ਗਿਆ ਉਹ ਹੌਲੀ ਹੌਲੀ ਨਾ ਆਪਣੇ ਆਪ ਨੂੰ ਸਮਝਾਵੇ, ਤੇ ਬਈ ਇਹ ਟਾਈਮ ਵੇਸਟ ਕਰਨ ਵਾਲੀ ਗੱਲ ਆ। ਕੁੜੀ ਤੇ ਨਾ ਹੌਲੀ ਹੌਲੀ ਪੂਰਾ ਹੀ ਕੋਈ ਵੀ ਕੰਟੈਕਟ ਨਾ ਰੱਖੇ, ਤੇ ਉਹ ਦੇਖੇ ਕਿਸ ਤਰ੍ਹਾਂ ਉਹਦੀ ਜ਼ਿੰਦਗੀ 'ਚ ਉਹਦਾ ਅਸਰ ਹੋ ਰਿਹਾ ਹੈਗਾ, ਕੀ ਉਹ ਹੋਰ ਕੁਛ ਕਰ ਰਿਹਾ ਹੈਗਾ, ਕੀ ਆਪਣੇ ਆਪ ਨੂੰ ਡਿਸਟਰੈਕਟ ਕਰ ਰਿਹਾ, ਕੀ ਹੈਲਥੀ ਚੀਜ਼ਾਂ ਕਰ ਸਕਦਾ। ਤੇ ਮਾਂ ਨੂੰ ਮੈਂ ਕਹਾਂਗੀ ਆਪਣੇ ਬੇਟੇ ਤੇ ਗੁੱਸੇ ਨਾ ਹੋਏ, ਠੀਕ ਆ ਉਹ ਕੋਪ ਕਰਨ ਲਈ ਇਸ ਤਰ੍ਹਾਂ ਉਹ ਕਰ ਚੁੱਕਿਆ ਤੇ ਹੋ ਗਿਆ, ਤੇ ਪੂਰੀ ਤੁਸੀਂ ਅੱਗੇ ਸਪੋਰਟ ਕੀਤੀ ਆ, ਹੁਣ ਵੀ ਆਪਣੇ ਬੇਟੀ ਦੀ ਪੂਰੀ ਸਪੋਰਟ ਕਰੋ, ਤੇ ਉਹ ਕੁੜੀ ਯੂ ਨੋ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੀ ਹੈਲਪ ਕਰੋ, ਤੇ ਜੇ ਹੋ ਸਕੇ ਜੇ ਨਹੀਂ ਹੋ ਪਾ ਰਿਹਾ ਨਹੀਂ ਕਰ ਸਕਦਾ ਤੇ ਜ਼ਰੂਰ ਕਾਉਂਸਲਿੰਗ ਲਓ ਉਹਦੇ ਲਈ, ਤੇ ਯੂ ਨੋ ਪ੍ਰੋਫੈਸ਼ਨਲੀ ਜ਼ਰੂਰ। ਆਈ ਥਿੰਕ ਉਹ ਬਿਲਕੁਲ ਸ਼ੁਰੂ ਦੇ ਵਿੱਚ ਹੀ ਅਸੀਂ ਜ਼ਰੂਰ ਇਹ ਐਮਫਸਾਈਜ਼ ਕਰ ਦਈਏ ਕਿ ਡਾਕਟਰ ਨੂੰ ਜ਼ਰੂਰ ਦੇਖਣ, ਕਿਉਂਕਿ ਮੈਨੂੰ ਇਹ ਨਹੀਂ ਸਮਝ ਆਉਂਦੀ, ਜਿਸ ਤਰ੍ਹਾਂ ਪਤਾ ਇਹ ਲੱਗਿਆ ਕਿ 2 ਮਹੀਨੇ ਤੋਂ ਸਮਝ ਲਓ ਲਗਾਤਾਰ ਪੀ ਰਿਹਾ, ਔਰ ਉਸ ਤੋਂ ਪਹਿਲੇ ਵੀ ਐਟੀਟਿਊਡ ਜਿਹੜਾ ਹੈਗਾ ਨਾ ਮਾਂ ਦਾ, ਕਹਿੰਦੀ ਹੈ ਬੜਾ ਕਿ ਇਨਡਿਫਰੈਂਟ ਕਿ ਹਾਂਜੀ ਕੁਛ ਫਰਕ ਨਹੀਂ ਪੈਂਦਾ ਮੈਨੂੰ, ਕੁਛ ਫਰਕ ਨਹੀਂ ਪੈਂਦਾ। ਸੋ ਉਹ ਓਬਸੈਸਡ ਵੀ ਹੈਗਾ ਕੁੜੀ ਦੇ ਨਾਲ ਵੀ, ਜਾਂ ਕੋਈ ਨਾ ਕੋਈ, ਇਹ ਸਾਰੇ ਪਰਸਨੈਲਿਟੀਜ਼ ਜਦੋਂ ਐਡਿਕਟਿਵ ਪਰਸਨੈਲਿਟੀਜ਼, ਓਬਸੈਸ਼ਨ ਵੀ ਇੱਕ ਉਸ ਤਰ੍ਹਾਂ ਐਡਿਕਸ਼ਨ ਹੀ ਹੈਗੀ ਹੈ ਕਿਸੇ ਚੀਜ਼ ਦੀ ਵੀ ਹੋਏ, ਸੋ ਉਹ ਜਿਹੜੀ ਹੈ ਜ਼ਰੂਰ ਹੈਲਪ ਹੁੰਦੀ ਹੈ ਜਦੋਂ ਤੁਸੀਂ ਕਿਸੇ ਐਕਸਪਰਟ ਨੂੰ ਮਿਲ ਲੈਂਦੇ ਹੋ, ਇਟ ਰੀਅਲੀ ਮੇਕਸ ਅ ਡਿਫਰੈਂਸ। ਜਿੱਦਾਂ ਇਹ ਡਿਫਰੈਂਸ ਕਹਿ ਰਹੇ ਠੀਕ ਆ ਹਾਂਜੀ, ਤੇ ਉਹਦੀ ਜੇ ਥੌਟਸ ਇੱਦਾਂ ਆ ਰਹੀਆਂ ਤੇ ਇੱਦਾਂ ਦੇ ਕੰਮ ਕਰ ਰਿਹਾ, ਕੱਲ ਨੂੰ ਕੁਛ ਹੋਰ ਕਰ ਸਕਦਾ, ਤੇ ਉਹ ਪ੍ਰੋਫੈਸ਼ਨਲੀ ਤੁਸੀਂ ਠੀਕ ਕਹਿ ਰਹੇ ਹੋ, ਕੋਈ ਕੰਮ ਯਾ ਉਹ ਥਿੰਕਿੰਗ ਚੇਂਜ ਬਦਲ ਸਕਦਾ, ਆਬਸੈਸ਼ਨ ਤੋਂ ਦੂਰ ਕਰ ਸਕਦਾ ਇਸ ਤਰ੍ਹਾਂ। ਜੀ ਜੀ, ਥੈਂਕ ਯੂ ਸੋ ਮਚ ਜਸਪ੍ਰੀਤ। ਥੈਂਕ ਯੂ ਜੀ। ਸੋ ਬਿਲਕੁਲ ਜਿਸ ਤਰ੍ਹਾਂ ਜਸਪ੍ਰੀਤ ਨੇ ਕਿਹਾ ਕਿ ਇਸ ਵੇਲੇ ਡੈਫੀਨੇਟਲੀ ਵੀ ਨੀਡ ਟੂ ਸਪੋਰਟ ਹਿਮ, ਬਟ ਜਿਸ ਤਰ੍ਹਾਂ ਮਦਰ ਦਾ ਕਹਿਣਾ ਕਿ ਇੱਕ ਇਨਡਿਫਰੈਂਟ ਜਿਹਾ ਐਟੀਟਿਊਡ ਉਹਦਾ ਬੜੀ ਦੇਰ ਤੋਂ ਹੈ, ਸੋ ਬਹੁਤ ਜ਼ਰੂਰੀ ਹੈ ਕਿ ਡਾਕਟਰ ਇੰਟਰਵੈਂਸ਼ਨ ਜ਼ਰੂਰ ਚਾਹੀਦੀ ਹੈ। ਔਰ ਮੈਨੂੰ ਕਈ ਵਾਰੀ ਯੂ ਨੋ ਇੱਕ ਤਰ੍ਹਾਂ ਨਾਲ ਆਈ ਨੋ ਕਿ ਪਤਾ ਹੈ ਇਹ ਸਾਰੇ ਅਸੀਂ ਕਰਦੇ ਹਾਂ, ਬਟ ਤਾਜੁਬ ਹੁੰਦਾ ਕਿ ਅਸੀਂ 2 ਮਹੀਨੇ ਕੋਈ ਪਿੱਠ ਦਰਦ ਹੋ ਰਹੀ ਹੋਏ, ਯੂ ਨੋ ਬਾਂਹ ਦਰਦ ਹੋ ਰਹੀ ਹੋਏ, ਅਸੀਂ 2 ਮਹੀਨੇ ਉਹਨੂੰ ਇਹ ਨਹੀਂ ਕਹਿੰਦੇ ਯਾਰ ਟੁੱਟ ਜਾ ਬਾਂਹ ਟੁੱਟ ਜਾ ਵੀ 2 ਮਹੀਨੇ ਚੱਲ ਵੇਟ ਹੋ ਰਹੀ ਹੈ, ਚੱਲ ਕਰਾਂਗੇ ਕਰਾਂਗੇ, ਹਾਲੇ ਇੰਨਾ ਬੁਰਾ ਹਾਲ ਨਹੀਂ ਹੈ, ਜਦੋਂ ਬਹੁਤ ਬੁਰਾ ਹਾਲ ਹੋਏਗਾ ਨਾ ਫਿਰ ਡਾਕਟਰ ਕੋਲ ਜਾਵਾਂਗੇ। ਸੋ ਕੋਈ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਕਿ ਸਾਈਕੋਲੋਜੀਕਲ ਹੈ ਜਾਂ ਮੈਂਟਲ ਹੈ,
ਉਹ ਜਾਂ ਯੂ ਨੋ ਸਾਈਕੈਟ੍ਰਿਸਟ ਨੂੰ ਦਿਖਾਉਣ ਵਾਲੀ ਹੈ, ਕਾਉਂਸਲਰ ਨੂੰ ਦਿਖਾਉਣ ਵਾਲੀ ਹੈ, ਉਹਨੂੰ ਅਸੀਂ ਇਗਨੋਰ ਕਰ ਕਰਕੇ ਦੂਰ ਦੂਰ ਹੋਰ ਵਧਾਉਂਦੇ ਰਹਿੰਦੇ ਹਾਂ, ਜਾਂ ਸੋਚਦੇ ਨਹੀਂ ਇੰਨੀ ਮਾੜਾ ਹਾਲਤ ਨਹੀਂ ਹੈ ਕਿ ਡਾਕਟਰ ਕੋਲ ਜਾਣਾ ਪਏ, ਸੋ ਅਸੀਂ ਉਹਨੂੰ ਇੰਨਾ ਵਧਾ ਲੈਂਦੇ ਹਾਂ ਛੋਟੇ ਜਿਹੇ ਥੋੜ੍ਹੇ ਜਿਹੇ ਦੇ ਉੱਤੇ ਵੀ, ਕਿਉਂ ਨਹੀਂ ਕੰਸਲਟ ਕਰਦੇ? ਆਪੇ ਡਾਕਟਰ ਨੂੰ ਡਿਸਾਈਡ ਕਰਨ ਦਿਓ ਕਿ ਉਹਨੂੰ ਦਵਾਈ ਚਾਹੀਦੀ ਹੈ, ਉਹਨੂੰ ਕਾਉਂਸਲਿੰਗ ਚਾਹੀਦੀ ਹੈ ਜਾਂ ਕੁਛ ਨਹੀਂ ਚਾਹੀਦਾ, ਬਟ ਐਟਲੀਸਟ ਦਿਖਾਓ ਤਾਂ ਜ਼ਰੂਰ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਕਹਿੰਦੇ ਹੋ? ਬਲਜੀਤ ਜੀ? ਹਾਂਜੀ ਬਲਜੀਤ ਜੀ, ਮੈਂ ਬਲਜੀਤ ਬੋਲਦੀ ਹਾਂ ਜੀ, ਕਿਆ ਹੋ ਗਿਆ? ਹਾਂਜੀ ਹਾਂਜੀ, ਮੈਂ ਇਸੇ ਗੱਲ ਤੇ ਮੈਂ ਗੱਲ ਕਰਨ ਲੱਗੀ ਆ। ਹਾਂਜੀ, ਅੱਜ ਕੱਲ ਮੈਂ ਉਹਨਾਂ ਦੀ ਵੀ ਨਹੀਂ ਕਰਦੀ, ਕੋਈ ਤਾਂ ਮੈਂ ਦੁਨੀਆ ਦੀ ਵੀ ਨਹੀਂ ਕਰਦੀ, ਆਉਣ ਵਾਲੇ ਜਮਾਨਾ ਇਦਾਂ ਦਾ ਆ। ਜੇ ਹੁਣ ਕੋਈ ਅੱਗੇ ਹੁਣ ਵਿਆਹੀਆਂ ਛੱਡ ਦਿੰਦੇ, ਹੋਰ ਵਿਆਹ ਕਰਾ ਲੈਂਦੇ, ਇੰਨਾ ਤਾਂ ਕੋਈ ਅਪਸੈਟ ਹੁੰਦਾ ਨਹੀਂ, ਹਾਂਜੀ ਚੱਲਦਾ ਹੀ ਆ, ਹੈਨਾ? ਅਪਸੈਟ ਵੀ ਨਹੀਂ ਬਲਜੀਤ ਜੀ, ਇਹਦਾ ਇਹਦਾ ਹੁਣ ਜੋ ਹੈ ਨਾ, ਕੁੜੀ ਨੇ ਤੇ ਕਦੀ ਹਾਮੀ ਨਹੀਂ ਭਰੀ, ਇਹਨੂੰ ਚੰਗੀ ਲੱਗਦੀ ਹੈ ਨਾ, ਕੁੜੀ ਨੂੰ ਤੇ ਕਦੀ ਚੰਗਾ ਹੀ ਨਹੀਂ ਲੱਗਿਆ ਹੈ, ਸੋ ਇਹਦੇ ਇਹਦੀ ਦਿਮਾਗ ਮਾਂ ਸਮਝਾ, ਮਾਂ ਸਮਝਾਵੇ। ਦੇਖ, ਜਾਂ ਤਾਂ ਇਹਨਾਂ ਨੂੰ ਕੋਈ ਡਰ ਪਿਆ ਆ, ਅੱਛਾ ਡਰ ਡਰ ਪਿਆ ਆ, ਤੇ ਤਾਂ ਵੀ ਮੈਂ ਨਾ ਕਰਾਂ, ਹੋਰ ਵਿਆਹ ਕਰ, ਮੈਨੂੰ ਆਹ ਕਰੂਗੀ, ਜਾਂ ਤਾਂ ਇਹਦੀ ਅਟੈਚਮੈਂਟ ਕੋਈ ਹੋਊਗੀ, ਤਾਂ ਕੋਈ ਖਾਸ ਗੱਲ ਨਹੀਂ। ਜਿੱਦਾਂ ਕਹਿ ਦਿੰਦੇ ਆ ਵੀ ਅੱਜ ਪਾਣੀ ਤੋਂ ਕੈਂਸਰ ਹੋ ਗਿਆ, ਤੇ ਹੈ ਤੇ ਡਾਕਟਰ ਹੁਣ ਠਾ ਨਹੀਂ ਸਕਦੇ, ਆਹ ਲੱਗਦਾ ਇਹ ਬਿਮਾਰੀ ਆ। ਹੁਣ ਤੂੰ ਚਾਰ ਸਵੇਰੇ ਦੇਖਦੀ, ਹੁਣ ਮੈਂ ਵੀ ਅਮਰੀਕਾ ਚ ਰਹਿੰਦੀ, ਵੀ 24 ਸਾਲ ਹੋ ਗਏ ਇੰਡੀਆ। ਹਾਂ, ਸੋ ਕੀ ਬਿਮਾਰੀ ਹੈ, ਕਿਹਦੇ ਬਾਰੇ ਕਹਿ ਰਹੇ ਹੋ ਤੁਸੀਂ? ਇਹ ਮੁੰਡੇ ਕੁੜੀਆਂ ਨੂੰ ਬਿਮਾਰੀ ਇਹ ਆ ਜੀ ਜੀ, ਬਿਲਕੁਲ ਬਿਲਕੁਲ। ਅੱਗੇ ਅਸੀਂ ਪਿੰਡਾਂ ਚੋਂ ਆਏ ਆ, ਬਹੁਤ ਕੁਝ ਦੇਖਿਆ, ਮੈਂ ਕਹਿ ਨਹੀਂ ਸਕਦੀ ਨਾ। ਠੀਕ ਹੈ, ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਹੋਰ ਵੀ ਕੁਝ ਧਿਆਨ ਆਏ ਤੇ ਜ਼ਰੂਰ ਕਾਲ ਕਰਿਓ, ਸਾਨੂੰ ਬਹੁਤ ਅੱਛਾ ਲੱਗਦਾ ਤੁਸੀਂ ਕਾਲ ਕਰਦੇ ਹੋ ਔਰ ਥੋੜਾ ਯੂ ਨੋ ਇੰਨਾ ਤਜਰਬਾ ਹੈਗਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਹਾਂਜੀ ਜੱਸੀ ਜੀ, ਦੱਸੋ ਕੀ ਕਹਿੰਦੇ ਹੋ? ਹਾਂਜੀ, ਪਹਿਲੀ ਗੱਲ ਤਾਂ ਨਾ ਮੈਂ ਇਹ ਕਹੂੰਗੀ ਕਿ ਬੇਟੇ ਨੂੰ ਨਾ ਇਹ ਸੋਚਣਾ ਚਾਹੀਦਾ ਜੀ ਕਿ ਜਿਹੜੀ ਜਿਹਦੇ ਪਿੱਛੇ ਮੈਂ ਹੁਣੇ ਜ਼ਿੰਦਗੀ ਖਰਾਬ ਕਰ ਰਿਹਾ, ਹਨਾ, ਉਹ ਅੱਜ ਮੈਨੂੰ ਜਵਾਬ ਦੇ ਰਹੀ ਆ। ਉਹ ਜਵਾਬ ਹੀ ਦਿੱਤਾ ਹੋਇਆ, ਉਹਦਾ ਕੋਈ ਕਸੂਰ ਨਹੀਂ ਮੈਨੂੰ ਲੱਗਦਾ ਕੁੜੀ ਨੂੰ। ਨਹੀਂ ਨਹੀਂ, ਕੁੜੀ ਦਾ ਕਸੂਰ ਦੀ ਨਹੀਂ ਗੱਲ ਹੁੰਦੀ ਦੀਦੀ, ਹਾਂਜੀ ਇਹ ਗੱਲ ਇਹ ਹੁੰਦੀ ਆ ਕਿ ਜਦੋਂ ਉਹ ਕੁੜੀ ਅੱਜ ਹੀ ਕਹਿ ਰਹੀ ਆ ਕਿ ਸਾਡਾ ਫਿਊਚਰ ਨਹੀਂ ਹੈਗਾ, ਅਸੀਂ ਉਹਨੂੰ ਪਸੰਦ ਹੀ ਨਹੀਂ ਮੁੰਡਾ। ਹਾਂ, ਸੈਕਸ ਗੱਲ ਸਾਰੀ ਇਹੀ ਆ, ਮੁੰਡੇ ਪਸੰਦ ਦੀ ਨਹੀਂ ਗੱਲ, ਉਹਨਾਂ ਕੁੜੀਆਂ ਕੋਲ ਆਲਰੇਡੀ ਹੋਰ ਕੋਈ ਹੁੰਦੇ ਆ, ਜਾਂ ਹੋਣ ਜਾਂ ਨਾ ਹੋਣ, ਸਿਰਫ ਇਹਨੇ ਦੇਖੀ ਗੱਲ, ਅਗਰ ਮੈਗਜ਼ੀਨ 'ਚ ਦੇਖ ਕੇ ਮੈਂ ਕਹਿਣਾ ਸ਼ੁਰੂ ਕਰਦਾ ਮੈਨੂੰ ਯੂ ਨੋ ਰਿਤਿਕ ਰੋਸ਼ਨ ਜਾਂ ਅਨਿਲ ਕਪੂਰ ਪਸੰਦ ਹੈ, ਤੇ ਉਹਦੀ ਉਹਦਾ ਕੀ ਕਸੂਰ ਹੋਏਗਾ? ਯਾ ਯਾ, ਕੁੜੀ ਦਾ ਕੋਈ ਕਸੂਰ ਨਹੀਂ ਹੈਗਾ ਇੱਥੇ ਇਸ ਮੁੱਦੇ ਨੂੰ। ਆਈ ਜਸਟ ਵਾਂਟ ਟੂ ਐਮਫਸਾਈਜ਼ ਕਿ ਇਸ ਕੇਸ ਦੇ ਵਿੱਚ ਕੁੜੀ ਨੇ ਇੱਕ ਵਾਰੀ ਵੀ ਹਾਮੀ ਨਹੀਂ ਭਰੀ। ਹਾਂਜੀ ਹਾਂਜੀ, ਤੇ ਉਸ ਮੁੰਡੇ ਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਵੀ ਮੇਰੇ ਵਿੱਚ ਕੋਈ ਕਮੀ ਨਹੀਂ ਹੈਗੀ, ਪਹਿਲਾਂ ਇਹ ਆਪਣੇ ਆਪ ਨੂੰ ਅੰਦਰੋਂ ਮਤਲਬ ਸਟਰੋਂਗ ਕਰੇ, ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰੇ, ਆਪਣੇ ਆਪ ਨੂੰ ਇਸ ਤਰ੍ਹਾਂ ਕਰੇ ਕਿ ਵੀ ਮੈਂ ਕਿਸੇ ਤੋਂ ਘੱਟ ਨਹੀਂ ਹੈਗਾ, ਇਸ ਮੇਰੇ ਵਾਸਤੇ ਬਹੁਤ ਕੁਝ ਹੈਗਾ ਦੁਨੀਆ ਦੇ ਜੀ ਬਿਲਕੁਲ। ਤੇ ਅੱਛਾ, ਪਹਿਲੀ ਗੱਲ ਇਹ ਆਪਣੇ ਆਪ ਨੂੰ ਸਟਰੋਂਗ ਕਰੇ, ਕਿਉਂਕਿ ਇਸ ਐਵਰੀਥਿੰਗ ਇਜ਼ ਪੋਸੀਬਲ, ਨਥਿੰਗ ਇਜ਼ ਇੰਪੋਸੀਬਲ, ਆਈ ਵਿਲ ਡੂ ਇਟ, ਰਾਈਟ ਰਾਈਟ, ਓਕੇ, ਦੈਟ ਇਜ਼ ਦਾ ਮਾਈ ਕੈਟੇਗਰੀ। ਹਾਂਜੀ, ਓਕੇ। ਤੇ ਦੂਸਰੀ ਗੱਲ ਮਦਰ ਦੀ ਗੱਲ ਇਹ ਆ ਕਿ ਮਦਰ ਨੂੰ ਹਰ ਟਾਈਮ ਇਹ ਆ ਕਿ ਬੱਚਿਆਂ ਦਾ ਸਾਥ ਅਸੀਂ ਮਾਵਾਂ ਦਿੰਦੀਆਂ ਆ, ਜਦੋਂ ਕਿਤੇ ਆਊਟ ਆਫ ਕੰਟਰੋਲ ਹੋ ਜਾਂਦਾ ਆ ਅਸੀਂ ਉਦਾਸ ਹੋ ਜਾਂਦੀਆਂ ਆ, ਤੇ ਕਿਉਂਕਿ ਸਾਡੀ ਜ਼ਿੰਦਗੀ ਹੀ ਬੱਚੇ ਆ, ਸਾਡੀ ਜ਼ਿੰਦਗੀ ਹੀ ਬੱਚੇ ਆ, ਲੇਕਿਨ ਅਸੀਂ ਉਸ ਬੱਚੇ ਨੂੰ ਥੋੜਾ ਜਿਹਾ ਪਿਆਰ ਨਾਲ ਕੋਈ ਉਹਨੂੰ ਸੱਚਾਈ ਵੀ ਦੱਸ ਸਕਦੇ ਆ ਕਿ ਬੇਟਾ ਇਹ ਚੀਜ਼ ਆ ਕਿ ਵੀ ਇਸ ਚੀਜ਼ ਨਾਲ ਇਹ ਨੁਕਸਾਨ ਆ, ਇਸ ਚੀਜ਼ ਨਾਲ ਇਹ ਨੁਕਸਾਨ ਆ, ਤੇ ਕੋਈ ਬੇਟਾ ਪਹਿਲਾਂ ਆਪਣੀਆਂ ਆਦਤਾਂ ਸੁਧਾਰੇ, ਜਿਹੜੀਆਂ ਇਹ ਡਰਿੰਕਿੰਗ ਦੀ ਆਦਤ ਆ, ਕਿਉਂਕਿ ਤੁਸੀਂ ਆਪਣੇ ਆਪ ਨੂੰ ਵੀਕ ਕਰ ਲਿਆ ਆ। ਕੋਈ ਖਾਸ ਤਰੀਕਾ ਦੱਸੋ ਕੋਈ ਕੁਇਕਲੀ ਕਿ ਕਿਸ ਤਰ੍ਹਾਂ ਸੁਧਾਰੇ, ਕਿਉਂਕਿ ਇਹ ਵੱਡਾ ਹੈਗਾ, ਖਾਲੀ ਬੈਠ ਕੇ ਗੱਲਾਂ ਨਾਲ ਸ਼ਾਇਦ ਨਹੀਂ ਸਮਝੇਗਾ ਹੁਣ। ਨਹੀਂ ਨਹੀਂ, ਇਹ ਗੱਲ ਇਸ ਤਰ੍ਹਾਂ ਆ ਕਿ ਦੀਦੀ ਇਹਨੂੰ ਨਾ ਆਪਣੇ ਆਪ ਨੂੰ ਅੰਦਰੋਂ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਣਾ ਆ, ਇਹਨੂੰ ਆਪਣਾ ਬ੍ਰੇਨ ਠੀਕ ਕਰਨਾ ਚਾਹੀਦਾ ਕਿ ਜੇ ਮੈਂ ਠੀਕ ਆ
ਤੇ ਫਿਰ ਦੂਸਰਾ ਵੀ ਕੋਈ ਇਹਦੇ ਵਾਲ ਵਾਸਤੇ ਠੀਕ ਸੋਚ ਸਕਦਾ ਆ। ਜੀ ਬਿਲਕੁਲ, ਹੀ ਕੈਨ ਡੂ ਇਟ। ਠੀਕ ਹੈ। ਮਦਰ ਦੀ ਗੱਲ ਇਹ ਆ, ਮਦਰ ਨੂੰ ਥੋੜਾ ਜਿਹਾ ਸਮਝਾਉਣਾ ਚਾਹੀਦਾ ਆ, ਕਿਉਂਕਿ ਬੱਚੇ ਕਈ ਵਾਰੀ ਮਾਵਾਂ ਦੀਆਂ ਗੱਲਾਂ ਸੁਣ ਲੈਂਦੇ ਆ, ਕਈ ਵਾਰੀ ਨਹੀਂ। ਤੇ ਮਾਂ ਨੂੰ ਹਰ ਟਾਈਮ ਸਾਥ ਨਹੀਂ ਦੇਣਾ ਚਾਹੀਦਾ ਹੈਗਾ। ਜੇ ਰਾਈਟ ਹੈਗਾ ਤਾਂ ਰਾਈਟ ਆ, ਰੋਂਗ ਹੈ ਤਾਂ ਰੋਂਗ ਹੈ, ਤੇ ਕੋਈ ਡਰਨ ਦੀ ਕੋਈ ਗੱਲ ਨਹੀਂ ਹੈਗੀ। ਇਹ ਬੱਚਿਆਂ ਆਪੇ ਬੜੇ ਸਮਝਦਾਰ ਆ, ਸਿਆਣੇ ਆ, ਇਹਨਾਂ ਨੇ ਦੇਖੋ ਤੁਸੀਂ ਕਰ ਲੈਣਾ। ਬਾਕੀ ਤੁਸੀਂ ਡਾਕਟਰ ਦੀ ਸਲਾਹ ਜਿਹੜੀ ਆ ਜ਼ਰੂਰ ਲਓ, ਕਿਉਂਕਿ ਉਹਦੇ ਬਿਨਾਂ ਅੱਜ ਕੱਲ੍ਹ ਗੁਜ਼ਾਰਾ ਨਹੀਂ ਹੈਗਾ। ਥੈਂਕ ਯੂ ਸੋ ਮਚ ਜੱਸੀ ਜੀ। ਹੋਰ ਪੁੱਛਦੇ ਆ, ਕੀ ਕਹਿ ਰਹੇ ਇਹਨਾਂ ਨੂੰ ਪੁੱਛਦੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਧਿਆਨ ਪੂਰਾ ਫੋਨ ਵੱਲ ਦਿਓ ਪਲੀਜ਼, ਜਦੋਂ ਤੁਹਾਡਾ ਫੋਨ ਮਿਲਦਾ ਹੈ। ਹੈਲੋ, ਪਲੀਜ਼ ਦੁਬਾਰਾ ਕਾਲ ਕਰੋ, ਮੈਂ ਵੇਟ ਨਹੀਂ ਕਰ ਸਕਦੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੱਸੋ। ਪਹਿਲਾਂ ਤਾਂ ਨਾ ਮੈਂ ਕਹਾਂਗੀ ਕਿ ਜਿਹੜਾ ਇੰਟਰਨੈਟ ਆ ਨਾ, ਇਹਨੇ ਮੁੰਡੇ ਕੁੜੀਆਂ ਦਾ ਦਿਮਾਗ ਖਰਾਬ ਕਰ ਦਿੱਤਾ। ਓਕੇ, ਕਿਉਂਕਿ ਪਹਿਲਾਂ ਉਹਨਾਂ ਨੇ ਉੱਥੇ ਗੱਲਾਂ ਕੀਤੀਆਂ, ਆਪਸ ਮਿਲੇ ਨਹੀਂ ਹੈਗੇ ਜੀ। ਉਹ ਇੰਡੀਆ ਬੈਠੀ ਹੈ, ਮੁੰਡਾ ਇੱਥੇ ਹੈਗਾ, ਤੁਸੀਂ ਇੱਦੇ ਕਿਹਾ ਨਾ ਜੀ ਜੀ। ਅੱਛਾ, ਜਦੋਂ ਹੁਣ ਆਪਸ 'ਚ ਮਿਲੇ ਨਹੀਂ ਹੈਗੇ ਤੇ ਉਹ ਕੁੜੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਨਹੀਂ, ਤੇਰੇ ਨਾਲ ਜ਼ਿੰਦਗੀ ਨਹੀਂ ਹੋ ਸਕਦਾ, ਕੁਛ ਨਹੀਂ ਹੋ ਸਕਦਾ, ਇਹ ਮੁੰਡੇ ਨੂੰ ਉਸੇ ਵੇਲੇ ਸਮਝ ਜਾਣਾ ਚਾਹੀਦਾ ਸੀਗਾ। ਉਹੀ ਹੈ ਨਾ, ਇਹ ਤੇ ਕੋਈ ਦੇਖੋ ਸੁਰਿੰਦਰ ਜੀ, ਇਹ ਕੇਸ ਮੈਨੂੰ ਇਹ ਨਹੀਂ ਲੱਗ ਰਿਹਾ। ਇੰਟਰਨੈਟ ਦੇ ਬੜੇ ਨੁਕਸਾਨ, ਬੜੇ ਫਾਇਦੇ ਹੈਗੇ ਹੈ, ਪਰ ਇਸ ਵੇਲੇ ਇਹ ਲੱਗਦਾ ਨਹੀਂ ਹੈ ਕਿ ਕੋਈ ਵੀ ਜਿਹੜੀ ਗਲਤੀ ਹੈ, ਜਾਂ ਕੁੜੀ ਦੀ ਹੈ, ਜਾਂ ਇੰਟਰਨੈਟ ਦੀ ਹੈ, ਜਾਂ ਜ਼ਮਾਨੇ ਦੀ ਹੈ, ਕਿਸੇ ਦੀ ਗਲਤੀ ਨਹੀਂ ਹੈ। ਇਹ ਵੀ ਸਾਰੀ ਉਮਰ ਤੋਂ ਇਹ ਵਾਲੀ ਕੇਸਿਸ ਆਉਂਦੇ ਰਹੇ ਹੈ, ਜਿਹੜੇ ਕਿ ਤੁਸੀਂ ਉਹੀ ਜਿਵੇਂ ਮੈਂ ਪਹਿਲੇ ਕਿਹਾ ਕਿ ਮੈਗਜ਼ੀਨ ਨੂੰ ਦੇਖ ਕੇ ਜਾਂ ਕਿਸੇ ਦੀ ਫੋਟੋ ਨੂੰ ਦੇਖੋ, ਕਹੋ ਮੈਂ ਦਿਲ ਦੇਤਾ, ਉਹਨੇ ਦਿੱਤਾ ਹੋਏ ਨਾ ਹੋਏ, ਤੁਸੀਂ ਕਹੋ ਕਿ ਮੈਂ ਓਬਸੈਸ਼ਨ ਹੋ ਗਈ, ਯੂ ਨੋ, ਇੱਕ ਜ਼ਿੱਦ ਹੋ ਗਈ। ਜਿੱਦਤ ਹੋ ਗਈ, ਪਰ ਮੁੰਡੇ ਨੇ ਇੱਦਾਂ ਇੱਕਦਮ ਕਹਿ ਦਿੱਤਾ ਕਿ ਮੈਂ ਉਹਨੂੰ ਦਿਲ ਦੇ ਦਿੱਤਾ, ਜਦੋਂ ਉਹਦੇ ਦਿਲ ਦੀ ਗੱਲ ਮੁੰਡੇ ਨੂੰ ਪਤਾ ਹੀ ਨਹੀਂ ਉਹਦੇ ਦਿਲ ਵਿੱਚ ਕੀ ਹੈਗਾ। ਹਾਂ, ਇਸ ਤਰ੍ਹਾਂ ਮੁੰਡੇ ਨੂੰ, ਮੁੰਡੇ ਦਾ ਕਸੂਰ ਇਹਦੇ ਵਿੱਚ ਸਾਰਾ ਮੁੰਡੇ ਦਾ, ਕਿ ਮੁੰਡੇ ਨੇ ਇੱਦਾਂ ਨਹੀਂ ਕਰਨਾ ਚਾਹੀਦਾ ਸੀਗਾ। ਬਿਲਕੁਲ ਬਿਲਕੁਲ, ਸਭ ਤੋਂ ਵੱਡੀ ਗਲਤੀ ਇਹ ਹੈ। ਅਗਰ ਮੁੰਡੇ ਦੇ ਦਿਲ 'ਚ ਸੀਗਾ ਤੇ ਉਹਨੂੰ ਪਹਿਲਾਂ ਹੀ ਪੁੱਛਦਾ ਵੀ ਮੈਂ ਤੇਰੇ ਨਾਲ ਇਸ ਤਰ੍ਹਾਂ ਵਿਆਹ ਕਰਾਉਣਾ ਜਾਂ ਕੁਛ ਵੀ, ਉਹਨੂੰ ਜਵਾਬ ਦੇ ਦਿੱਤਾ, ਗੱਲ ਖਤਮ ਆ। ਕਿਤੇ ਕੁੜੀਆਂ ਦਾ ਘਾਟਾ ਪਿਆ, ਜੇ ਤਾਂ ਮੁੰਡਾ ਚੰਗੀ ਜੋਬ 'ਤੇ ਤਾਂ ਕਿਤੇ ਵੀ ਕੁੜੀਆਂ ਮਿਲ ਸਕਦੀਆਂ। ਬਿਲਕੁਲ। ਹੁਣ ਪਤਾ ਕੀ ਹੁੰਦਾ ਕਿ ਜਿਹੜੇ ਮਾਂ ਬਾਪ ਆ ਵਿਚਾਰੇ, ਉਹ ਤੰਗ ਹੋ ਜਾਂਦੇ ਨੇ ਵਿੱਚ, ਉਹੀ ਹੋਏ ਹੋਏ ਨਾ ਤੰਗ ਹੋਏ ਨੇ ਵਿਚਾਰੇ, ਉਹਨਾਂ ਦਾ ਕੀ ਕਸੂਰ ਆ। ਠੀਕ ਆ, ਉਹ ਸਪੋਰਟ ਜ਼ਰੂਰ, ਹਰ ਮਦਰ ਆਪਣੇ ਬੇਟੇ ਨੂੰ ਜਾਂ ਬੇਟੀ ਨੂੰ ਸਪੋਰਟ ਕਰਦੀ ਆ, ਲੇਕਿਨ ਅਗਰ ਇੱਥੇ ਇੰਨੀ ਸ਼ਰਾਬ ਪੀਣੀ ਆ, ਉਹ ਵੀ ਵਿਚਾਰੀ ਮਾਂ ਦਾ ਦਿਲ ਤੰਗ ਆ, ਤੇ ਮੁੰਡੇ ਦੀ ਜੋਬ ਚਲੇ ਗਈ, ਦੁਖੀ ਤਾਂ ਦੋਨੇ ਹੈਗੇ ਨੇ, ਮੁੰਡਾ ਵੀ ਦੁਖੀ ਆ ਤੇ ਉਹ ਵੀ ਦੁਖੀ ਆ ਜੀ। ਉਹ ਪ੍ਰੋਬਲਮ ਵਾਲੀ ਗੱਲ ਆ, ਪਰ ਉਹਨਾਂ ਨੂੰ ਚਾਹੀਦਾ, ਮੁੰਡੇ ਨੂੰ ਆਪਣੇ ਆਪ ਹੀ ਸਮਝਣਾ ਚਾਹੀਦਾ, ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਹੈਗੇ ਨੇ ਉਹਨਾਂ ਦੇ ਥਰੂ ਉਹਨਾਂ ਦੇ ਵਿੱਚੋਂ ਮੁੰਡੇ ਨਾਲ ਗੱਲ ਕਰਾਣ ਕਿ ਇਦਾਂ ਨਹੀਂ ਕਰਨਾ ਚਾਹੀਦਾ। ਅਗਰ ਨਹੀਂ ਉਹ ਕੁੜੀ ਮਿਲੀ ਤੇ ਕੋਈ ਵੱਡੀ ਗੱਲ ਨਹੀਂ, ਹੋਰ ਬਥੇਰੀਆਂ ਮਿਲ ਜਾਣਗੀਆਂ। ਹੋ ਸਕਦਾ ਚੰਗੇ ਵਾਸਤੇ ਹੀ ਇਦਾਂ ਹੋਇਆ ਹੋਵੇ। ਜੀ ਜੀ ਜੀ, ਠੀਕ ਹੈ ਸੁਰਿੰਦਰ ਜੀ, ਹੋਰ ਵੀ ਕੁਛ ਧਿਆਨ ਆਏ ਜ਼ਰੂਰ ਦੱਸੋ। ਔਰ ਵਾਕਈ ਜੇ ਉਸ ਕੁੜੀ ਤੋਂ ਆਪਣਾ ਮਨ ਹਟਾਏਗਾ ਨਹੀਂ ਤੇ ਦੂਸਰੇ ਦੀ ਤੇ ਜਗ੍ਹਾ ਹੀ ਨਹੀਂ ਰਹੇਗੀ ਨਾ, ਕਿਉਂਕਿ ਜਦੋਂ ਵੀ ਅਸੀਂ ਕਿਸੇ ਇੱਕ ਚੀਜ਼ ਬਾਰੇ ਸੋਚਦੇ ਹਾਂ ਤੇ ਦੂਜੇ ਦੀ ਉਹਦੇ ਕੋਲ ਉੱਥੇ ਜਗ੍ਹਾ ਨਹੀਂ ਹੈ। ਸੋ ਅਗਰ ਹੁਣ ਵਿਆਹਣ ਵਾਲੀ ਉਮਰ ਹੈਗੀ ਹੈ ਤੇ ਉਹ ਜਦ ਤੱਕ ਉਹਦੇ ਬਾਰੇ ਨਹੀਂ ਸੋਚਣਾ ਖਤਮ ਕਰੇਗਾ, ਤਾਂ ਤੱਕ ਦੂਸਰੇ ਦੀ ਜਗ੍ਹਾ ਬਣ ਹੀ ਨਹੀਂ ਸਕਦੀ। ਸੋ ਬਹੁਤ ਜ਼ਰੂਰੀ ਹੈ ਕਿ ਇੱਕ ਫਰੂਟਲੈਸਲੀ ਜਿਹਦੇ ਬਾਰੇ ਸੋਚ ਰਿਹਾ ਉਹ ਸਟੋਪ ਕਰਨਾ ਪਏਗਾ। ਐਂਡ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਤੁਸੀਂ ਸਾਰੇ ਕਾਲ ਕਰਦੇ ਰਹੋ ਔਰ ਆਪਣੀ ਗੱਲ ਜ਼ਰੂਰ ਕਹੋ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ। ਕੁਇਕਲੀ ਸੁਦਰਸ਼ਨ ਜੀ ਦਾ ਆਈ ਹੋਪ ਫੋਨ ਵੀ ਮਿਲ ਜਾਏ, ਕੁਇਕਲੀ ਉਹ ਆਪਣੀ ਗੱਲ ਵੀ ਕਰ ਸਕਦੇ ਨੇ। ਬਟ ਉਹਨਾਂ ਨੇ ਮੈਸੇਜ ਭੇਜਿਆ ਕਿ ਅਰਵਿੰਦ ਜੀ, ਇਹ ਮੈਨੂੰ ਇੱਕ ਤਰਫਾ ਪਿਆਰ ਦਾ ਕੇਸ ਲੱਗਦਾ ਹੈ ਅਤੇ ਕਾਊਂਸਲਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਲੈਟਸ ਸੀ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸੁਰਿੰਦਰ ਜੀ, ਦੱਸੋ ਕੀ ਕਹਿੰਦੇ ਹੋ। ਹਾਂਜੀ, ਮੈਂ ਇਹ ਕਹਿਣੀ ਆ ਕਿ ਮਾਂ ਚੀਜ਼ ਹੀ ਪਰਮਾਤਮਾ ਨੇ ਇਹੋ ਜਿਹੀ ਬਣਾਈ ਆ ਕਿ ਜੇ ਬੱਚੇ ਕਿਸੇ ਵੀ ਤਰ੍ਹਾਂ ਦੇ ਨਾਲ ਦੁਖੀ ਹੁੰਦੇ ਆ ਤੇ ਮਾਂ ਦੁਖੀ ਹੁੰਦੀ ਆ। ਜੀ ਜੀ ਜੀ, ਬਸ ਸਾਡੀ ਜ਼ਿੰਦਗੀ ਇਹੀ ਹੁੰਦੀ ਆ ਤੇ ਬੱਚਿਆਂ ਦੀ ਲਾਈਫ ਆ ਜਿਹੜੀ, ਪਤਾ ਕੀ ਆ, ਕੁਛ ਨਾ ਕੁਛ ਤਕਲੀਫਾਂ ਹਰੇਕ ਬੱਚੇ ਨੂੰ ਆਉਂਦੀਆਂ ਏ। ਕਿਤੇ ਉਹ ਸਿੱਖ ਹੋ ਜਾਂਦਾ ਹੈ, ਕਿਤੇ ਕੋਈ ਇਸ ਤਰ੍ਹਾਂ ਦਾ ਹੋ ਜਾਂਦਾ, ਕਈ ਵਾਰ ਵਿਆਹ ਹੋ ਜਾਂਦਾ ਫਿਰ ਨਹੀਂ ਬਣਦੀ ਗੀ, ਫਿਰ ਵੀ ਮਾਂ ਔਖੀ ਆ। ਇਹ ਜਿਹੜੀ ਜ਼ਿੰਦਗੀ ਆ ਨਾ, ਇਹ ਇਸ ਤਰ੍ਹਾਂ ਹੀ ਚੱਲਦੀ ਆ। ਪਰਮਾਤਮਾ ਤੇ ਵਿਸ਼ਵਾਸ ਰੱਖੇ, ਕੋਈ ਵੀ ਜਿਹੜੀ ਅੱਜ ਚੀਜ਼ ਸਾਨੂੰ ਲੱਗਦੀ ਆ ਨਾ, ਕੱਲ ਨੂੰ ਹੋਰ ਘੱਟ ਹੋਊਗੀ, ਪਰਸੋਂ ਨੂੰ ਹੋਰ ਘੱਟ ਹੋਊਗੀ। ਕਰਨ ਕੀ, ਉਹ ਤਾਂ ਠੀਕ ਹੋ ਗਈ ਗੱਲ, ਹੁਣ ਕੀ ਕਰਨਾ, ਇਹਨਾਂ ਨੂੰ ਕੀ ਗਾਈਡ ਕਰਦੇ ਹੋ ਤੁਸੀਂ, ਕਿੰਨਾ ਨੂੰ
ਮਦਰ ਨੂੰ ਕੀ ਕਰਨ ਉਹ ਨਹੀਂ ਮਦਰ ਵਾਸਤੇ ਹੀ ਕਹਿ ਰਹੀ ਆ ਕਿ ਪ੍ਰਮਾਤਮਾ ਦਾ ਨਾਂ ਲਓ ਕੋਈ ਵੀ ਚੀਜ਼ ਆ ਜਿਹੜੀ ਸਦਾ ਕੋਈ ਨਹੀਂ ਰਹਿੰਦੀ ਇਹ ਵੀ ਸਮਝ ਲਓ ਇੱਕ ਦੁੱਖ ਦਾ ਟਾਈਮ ਹੁੰਦਾ ਏ ਕੋਈ ਹਾਂਜੀ ਹਾਂਜੀ ਜਦੋਂ ਅਸੀਂ ਉਹਦੇ ਵਿੱਚ ਡੁੱਬ ਜਾਂਦੇ ਆ ਪਰ ਦੂਜੇ ਦਿਨ ਤਾਂ ਸਾਨੂੰ ਉਵੇਂ ਨਹੀਂ ਨਾ ਅਸੀਂ ਆਪਣੇ ਘਰ ਦੇ ਕੰਮ ਵੀ ਕਰਨੇ ਆ ਇੱਕਦਮ ਕੋਈ ਵੀ ਹੁੰਦਾ ਕੋਈ ਸ਼ੌਕ ਲੱਗਦਾ ਏ ਉਹਨੂੰ ਵੀ ਲੱਗਿਆ ਏ ਤੇ ਬਸ ਉਹਨੂੰ ਨੋਰਮਲ ਹੀ ਸਮਝੋ ਕਿ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਨਾਲ ਤਾਂ ਲੜਨਾ ਹੀ ਹੈਗਾ ਤੇ ਲੜ ਕੇ ਹੀ ਜਿੱਤਣੀ ਆ ਤੇ ਜ਼ਿੰਦਗੀ ਖਤਮ ਨਹੀਂ ਹੁੰਦੀ ਇਹ ਉਦੋਂ ਅੱਗੇ ਪਤਾ ਨਹੀਂ ਉਦੋਂ ਬਹੁਤ ਵਧੀਆ ਟਾਈਮ ਆਊਗਾ ਇਸ ਆਸ ਦੇ ਵਿੱਚ ਹੀ ਆਪਾਂ ਜੀਵਦੇ ਆ ਬਹੁਤ ਵਧੀਆ ਸੁਰਿੰਦਰ ਜੀ ਥੈਂਕ ਯੂ ਸੋ ਮਚ ਹਾਂਜੀ ਕਿ ਕੋਈ ਉਹ ਕਰਨ ਦੀ ਨਹੀਂ ਲੋੜ ਸਾਰੀ ਦੁਨੀਆ ਤੇ ਹੀ ਚੱਲ ਰਿਹਾ ਏ ਕਿਹੜਾ ਇੱਕ ਤੇ ਚੱਲ ਰਿਹਾ ਜੇ ਬੱਚੇ ਹੋ ਜਾਂਦੇ ਆ ਜੇ ਬੱਚਾ ਨਹੀਂ ਹੁੰਦਾ ਤਾਂ ਵੀ ਬੱਚਾ ਮਾੜਾ ਜਿਹਾ ਢਿੱਲਾ ਹੋ ਗਿਆ ਤਾਂ ਵੀ ਉਹ ਤਾਂ ਸਹੀ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਲਾਈਫ ਇਸੇ ਤਰ੍ਹਾਂ ਹੈ ਔਰ ਸਾਡੀ ਲਾਈਫ ਦੇ ਵਿੱਚ ਕਿੰਨੇ ਜੋ ਤੁਸੀਂ ਕਹਿ ਰਹੇ ਹੋ ਅਸੀਂ ਹਰ ਵੇਲੇ ਇਹੀ ਗੱਲ ਕਰਦੇ ਹਾਂ ਵੀ ਯੂ ਨੋ ਕਿ ਲਾਈਫ ਦੇ ਵਿੱਚ ਕੁਛ ਨਾ ਕੁਛ ਤੇ ਹੋਣਾ ਪਰ ਇਸ ਕੁਛ ਤੇ ਹੋਣਾ ਠੀਕ ਹੈ ਸਮਝ ਗਏ ਕਿ ਯੂ ਨੋ ਕੱਲ ਨਵਾਂ ਦਿਨ ਆਏਗਾ ਸੋਹਣਾ ਹੋ ਜਾਏਗਾ ਤੁਸੀਂ ਇਸ ਵੇਲੇ ਸਬਰ ਰੱਖੋ ਬਹੁਤ ਵਧੀਆ ਗੱਲ ਹੈ ਕਿਉਂਕਿ ਜੋ ਵੀ ਪਰੇਸ਼ਾਨ ਹੁੰਦਾ ਉਹਨਾਂ ਨੂੰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਆਪਣੀ ਇਮੋਸ਼ਨਲੀ ਜਿਹੜੀ ਨਾ ਕੰਟਰੋਲ ਰੱਖੋ ਕਿਉਂਕਿ ਜਦੋਂ ਵੀ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਹੈ ਸੁਰਿੰਦਰ ਜੀ ਬਹੁਤ ਸੋਹਣੀਆਂ ਲਾਈਫ ਸਕਿੱਲਸ ਦਿੰਦੇ ਹੈ ਕਿ ਜਦੋਂ ਅਸੀਂ ਆਪ ਇਮੋਸ਼ਨਲ ਹੋ ਜਾਂਦੇ ਹਾਂ ਆਪ ਦੁੱਖ ਵਿੱਚ ਤਰਸ ਜਾਂਦੇ ਹਾਂ ਫਿਰ ਅਸੀਂ ਕਰਨਾ ਕੀ ਹੈ ਇਹ ਬਿਲਕੁਲ ਸਾਨੂੰ ਸਮਝ ਨਹੀਂ ਆਉਂਦੀ ਰਾਦਰ ਕਿ ਇਸ ਬੱਚੇ ਦਾ ਵੀ ਧਿਆਨ ਰੱਖਣਾ ਔਰ ਉਹਦੇ ਵਾਸਤੇ ਕਰਨਾ ਕੀ ਉਹਨੂੰ ਡਾਕਟਰ ਕੋਲ ਲੈ ਕੇ ਜਾਣਾ ਉਹਨੂੰ ਕੀ ਗਾਈਡ ਕਰਨਾ ਉਦੋਂ ਉਹ ਕਵੇ ਤੇ ਹਾਂਜੀ ਫਿਰ ਕੁੜੀ ਦੇ ਬਾਰੇ ਪਤਾ ਕਰੋ ਫਿਰ ਕਰਨ ਲੱਗ ਜਾਣਾ ਕਿ ਨਹੀਂ ਕਰਨਾ ਇਸ ਚੀਜ਼ ਦੀ ਸਮਝ ਨਹੀਂ ਆਏਗੀ ਅਗਰ ਅਸੀਂ ਆਪ ਇਮੋਸ਼ਨਲੀ ਡਾਊਨ ਫੀਲ ਕਰਾਂਗੇ ਔਰ ਤਰਸੇ ਹੋਵਾਂਗੇ ਉਸ ਚੀਜ਼ ਸੋ ਸੁਰਿੰਦਰ ਜੀ ਦੀ ਗੱਲ ਉਹ ਬਿਲਕੁਲ ਸਹੀ ਹੈ ਕਿ ਉਹਨੂੰ ਸਹਿਜ ਵਿੱਚ ਲਵੋ ਉੱਪਰ ਨੀਚੇ ਚੱਲਦਾ ਰਹੇਗਾ ਪਰ ਹੁਣ ਤੁਸੀਂ ਕੀ ਕਰਨਾ ਹੈ ਜ਼ਰੂਰ ਸੋਚਿਓ ਲੈਟਸ ਸੀ ਇਹਨਾਂ ਨੂੰ ਕੀ ਕਹਿੰਦੇ ਆ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਜੋਗਿੰਦਰ ਜੀ ਦੱਸੋ ਭੈਣ ਜੀ ਪਹਿਲੀ ਗੱਲ ਤਾਂ ਇਹ ਹੈ ਬਈ ਜਿਹੜੀ ਸ਼ਰਾਬ ਹੈ ਉਹ ਕੋਈ ਹੱਲ ਨਹੀਂ ਹੈਗੀ ਬਿਲਕੁਲ ਇਹਨੂੰ ਇਹਨੂੰ ਉਹ ਚਾਹੀਦਾ ਭੈਣ ਜੀ ਨੂੰ ਆਪਣੇ ਉਹ ਬੇਟੇ ਨੂੰ ਸਮਝਾਏ ਰਾਈਟ ਬਈ ਸ਼ਰਾਬ ਕੋਈ ਹੱਲ ਨਹੀਂ ਹੈਗੀ ਜੀ ਬਿਲਕੁਲ ਤੇ ਫਿਰ ਹੈ ਤਾਂ ਵੈਸੇ ਇਹ ਠੀਕ ਨਹੀਂ ਪਰ ਇੱਕ ਵਾਰੀ ਉਹ ਹੋਰ ਉਹ ਦੇਖ ਲੇ ਉੱਥੇ ਜਾ ਕੇ ਟਰਾਈ ਕਰਕੇ ਦੇਖ ਲੇ ਸ਼ਾਇਦ ਉਹ ਮੰਨ ਜੇ ਜੇ ਨਹੀਂ ਮੰਨਦੀ ਤੇ ਛੱਡੇ ਜੇ ਕੱਲ ਨੂੰ ਸ਼ਾਦੀ ਹੋ ਜਾਂਦੀ ਹੈ ਸ਼ਾਦੀ ਤੋਂ ਬਾਅਦ ਉਹ ਛੱਡਦੀ ਫਿਰ ਕੀ ਕਰੇਗਾ ਤੇ ਜੇ ਉਹ ਪਹਿਲਾਂ ਹੀ ਉਹ ਜਵਾਬ ਉਹ ਦੇ ਰਹੀ ਹੈ ਤੇ ਰਹਿਣਾ ਤਾਂ ਉਹਨੇ ਹੈ ਨੀ ਇਸ ਤੋਂ ਚੰਗੀ ਇਹੀ ਹੈ ਬਈ ਇਹਨੂੰ ਸਮਝਾਓ ਜੇ ਸਮਝੇ ਨਹੀਂ ਤਾਂ ਇੱਕ ਵਾਰੀ ਉੱਥੇ ਜਾ ਕੇ ਦੇਖ ਲੇ ਟਰਾਈ ਕਰ ਲੇ ਉਹ ਖੋ ਚੁੱਕਾ ਹੈ ਜੋਗਿੰਦਰ ਜੀ ਦੈਟਸ ਆਲਰੇਡੀ ਡਨ ਉਹ ਕੋਈ ਕੋਸ਼ਿਸ਼ ਕਰ ਚੁੱਕੀ ਮਾਂ ਵੀ ਕਰ ਚੁੱਕੀ ਉਹ ਵੀ ਕਰ ਚੁੱਕਿਆ ਉਹਨੇ ਕਦੀ ਵੀ ਨਹੀਂ ਕਿਹਾ ਉਹ ਕਹਿ ਰਹੀ ਹੈ ਹੱਥ ਜੋੜਦੇ ਆ ਮੈਂ ਕਦੀ ਨਹੀਂ ਕਿਹਾ ਤੈਨੂੰ ਤੂੰ ਕਰ ਰਿਹਾ ਹੈ ਮੈਂ ਤਾਂ ਬਿਲਕੁਲ ਨਹੀਂ ਕਰ ਰਹੀ ਜਦੋਂ ਜਦੋਂ ਕੁੜੀ ਪਹਿਲਾਂ ਹੀ ਉਹ ਜਵਾਬ ਜੀ ਬਿਲਕੁਲ ਹੁਣ ਜੇ ਅਮਰੀਕਾ ਦੇ ਲਾਲਚ ਵੀ ਹਾਂ ਨਹੀਂ ਕਰ ਰਹੀ ਤੇ ਇਹਦਾ ਮਤਲਬ ਉਹਨਾਂ ਨੂੰ ਲੈ ਲੈਣਾ ਚਾਹੀਦਾ ਇਹ ਸਿਟੀਜ਼ਨ ਹੈਗਾ ਉਹਨਾਂ ਨੂੰ ਛੱਡ ਦੇਣਾ ਉਹਦੀ ਮਾਂ ਨੂੰ ਨਾ ਸਮਝ ਲੈਣਾ ਚਾਹੀਦਾ ਹਾਂ ਉਹਦੀ ਉਹਦੀ ਉਹ ਕੁੜੀ ਦੀ ਗੱਲ ਸਮਝਣੀ ਚਾਹੀਦੀ ਉਹ ਉਹ ਕੋਈ ਹੋਰ ਹੋਣਾ ਆਪਣਾ ਮੁੰਡਾ ਉਹਦੀ ਲਾਈਫ 'ਚ ਨਹੀਂ ਆਉਣਾ ਚਾਹੁੰਦੀ ਇਹਦੇ ਆਫ ਕੋਰਸ ਹਾਂ ਅੱਛੀ ਅੱਛੀ ਗੱਲ ਇਹ ਹੈ ਜੀ ਬਈ ਆਪਣੇ ਉਹ ਉਹ ਸਮਝਾਏ ਬੇਟੇ ਨੂੰ ਤੇ ਸ਼ਰਾਬ ਕੋਈ ਹੱਲ ਨਹੀਂ ਹੈਗਾ ਸ਼ਰਾਬ ਤਾਂ ਉਹ ਖਰਾਬ ਹੀ ਹੋਏਗਾ ਰਹੀ ਗੱਲ ਜਾਪਦੀ ਚਲੋ ਇੱਕ ਛੱਡ ਇੱਕ ਇੱਕ ਹੱਟ ਗਈ ਹੋਰ ਮਿਲ ਜਾਏਗੀ ਕੋਈ ਐਸੀ ਪਰ ਜੋਗਿੰਦਰ ਜੀ ਖੁਦ ਕੁਛ ਸਹੀ ਕਰੇਗਾ ਨਾ ਸ਼ਰਾਬ ਦੇ ਨਸ਼ੇ ਚ ਉਹਨੇ ਬਦਤਮੀਜ਼ੀ ਕੀਤੀ ਹੈ ਰੋਜ਼ ਸ਼ਰਾਬ ਪੀ ਰਿਹਾ ਉਹਨੂੰ ਪਹਿਲੇ ਰੋਕੇਗਾ ਉਸ ਚੀਜ਼ ਨੂੰ ਤਾਂ ਹੀ ਦੂਜੀ ਜੌਬ ਮਿਲੇਗੀ ਤੇ ਉੱਥੇ ਵੀ ਟਿਕ ਪਾਏਗਾ ਮੇਰੇ ਖਿਆਲ ਜੇ ਇੰਡੀਆ ਇੱਕ ਵਾਰੀ ਦੁਬਾਰਾ ਜਾਏ ਨਾ ਟਰਾਈ ਉਹ ਕਰੇ ਤੇ ਜਾਂ ਤਾਂ ਉਹ ਜੁੱਤੀਆਂ ਸਵਾਰ ਕੇ ਉਹਦੇ ਮਾਰੇਗੀ ਫਿਰ ਫਿਰ ਵੀ ਹਟ ਸਕਦਾ ਉਹ ਕਈ ਕਿੱਸਾ ਚ ਹੁੰਦਾ ਇਸ ਤਰ੍ਹਾਂ ਉਹ ਕੁੜੀ ਕਹੇ ਬਈ ਤੂੰ ਭੱਜ ਜਾ ਇੱਥੋਂ ਤੇ ਸ਼ਾਇਦ ਉਹ ਹਟ ਜੇ ਜਾਂ ਫਿਰ ਉਹ ਜਮਾ ਖਰਾਬ ਹੋ ਜਾਊਗਾ ਜਾਂ ਬਚ ਜਾਊਗਾ ਇਹ ਹੋ ਸਕਦਾ ਹੋਰ ਕੋਈ ਗੱਲ ਨਹੀਂ ਵੈਸੇ ਇਹ ਠੀਕ ਨਹੀਂ ਹੈਗਾ ਇਹ ਗਲਤ ਹੈਗਾ ਜਦੋਂ ਉਹਨੇ ਉਹ ਜਵਾਬ ਉਹ ਦਿੱਤਾ ਇੱਕ ਵਾਰੀ ਫਿਰ ਨਹੀਂ ਪਿੱਛੇ ਉਹ ਪੈਣਾ ਚਾਹੀਦਾ ਠੀਕ ਹੈ ਜੋਗਿੰਦਰ ਜੀ ਥੈਂਕ ਯੂ ਸੋ ਮਚ ਅਸੀਂ ਪਿੱਛੇ ਵੀ ਇੱਕ ਕਿਸੇ ਓਬਸੈਸ਼ਨ ਦੇ ਬਾਰੇ ਗੱਲ ਕੀਤੀ ਸੀ ਜ਼ਮਾਨਾ ਬਦਲ ਚੁੱਕਾ ਪਹਿਲੇ ਹੁੰਦਾ ਸੀ ਕਿ ਹਾਂਜੀ ਪੁੱਛਦੇ ਰਹੋ ਕਦੀ ਤਾਂ ਹਾਂ ਕਰੇਗੀ ਹੁਣ ਉਹਨੂੰ ਸਟਾਕਰ ਮੰਨਦੇ ਹੈ ਅਗਰ ਤੁਸੀਂ ਨੋ ਮੀਨਸ ਨੋ ਕੁੜੀ ਦੀ ਵੀ ਨਾਂ ਦਾ ਮਤਲਬ ਹੈ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਸਾਰੇ ਕਹਿ ਰਹੇ ਹੋ ਉਹ ਕਿਸੇ ਹੋਰ 'ਚ ਇੰਟਰਸਟਿਡ ਹੋਏਗੀ ਜ਼ਰੂਰੀ ਨਹੀਂ ਹੈ ਉਹ ਕਿਸੇ ਹੋਰ 'ਚ ਇੰਟਰਸਟਿਡ ਹੈ ਪਰ ਇਹ ਜ਼ਰੂਰੀ ਹੈ ਕਿ ਉਹਨੂੰ ਇਹ ਮੁੰਡਾ ਨਹੀਂ ਪਸੰਦ
ਦੇਖੋ ਜਿਸ ਤਰ੍ਹਾਂ ਮੌਸਮ ਉਹ ਬਦਲਦੇ ਨਾ, ਇਸ ਤਰ੍ਹਾਂ ਜਿਹੜਾ ਮਨ ਆ ਉਹ ਵੀ ਚੇਂਜ ਹੁੰਦਾ, ਹੋ ਸਕਦਾ ਉਹ ਚੇਂਜ ਹੋ ਜੇ, ਕੋਈ ਕੋਈ ਫਰਕ ਨੀ ਹੁੰਦਾ, ਕਈ ਵਾਰੀ ਹੋ ਜਾਂਦਾ, ਇਸ ਤਰ੍ਹਾਂ ਐਸੀ ਐਸੀ ਗੱਲ ਨੀ ਹੈਗੀ। ਜਿਹੜੀ ਲੀਕਾਂ ਨੇ ਨਾ, ਲੀਕਾਂ ਨੇ ਨੀ ਖਿੱਚੀ ਦਿੱਤੀਆਂ, ਲਾਈਫ ਚ ਜਿਉਣਾ ਹੈਗਾ, ਲੀਕ ਨੀ ਖਿੱਚੀ ਸੀ, ਟਰਾਈ ਕਰਨ ਚ ਹਰਜ ਕੋਈ ਨੀ ਹੈਗਾ, ਜੇ ਉਹ ਜਵਾਬ ਦੇਗੀ ਤਾਂ ਜਵਾਬ ਤਾਂ ਆਈ, ਠੀਕ ਹੈ, ਇੱਕ ਵਾਰੀ ਇੰਡੀਆ ਹੀ ਜਾਣਾ, ਠੀਕ ਹੈ, ਇੱਕ ਵਾਰੀ ਬਹੁਤ ਵਧੀਆ ਜਵਾਬ ਤਾਂ ਦੇ ਚੁੱਕੇ ਹੋ, ਜਵਾਬ ਤਾਂ ਹੈ, ਇੱਥੇ ਹੀ ਉਹ ਜਵਾਬ ਆ, ਉਹ ਜਾਣਦਾ ਉਹ ਫਾਇਦਾ ਨੀ ਹੈਗਾ, ਪਰ ਇੱਕ ਵਾਰੀ ਟਰਾਈ ਉਹ ਕਰ ਲਓ, ਜੇ ਮੁੰਡਾ ਇੰਨਾ ਉਹ ਜਿੱਦ ਕਰ ਰਿਹਾ, ਹਾਲਾਤ ਇੰਨੇ ਮਾੜੇ ਨੇ। ਬਹੁਤ ਵਧੀਆ ਜੋਗਿੰਦਰ ਜੀ, ਮੈਨੂੰ ਕਮਰਸ਼ੀਅਲ ਬ੍ਰੇਕ ਵਾਸਤੇ ਬ੍ਰੇਕ ਲੈਣੀ ਪੈਣੀ ਹੈ, ਸੋ ਵਾਪਸ ਹਾਜ਼ਰ ਹੋਣੇ ਆ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਆ, ਇਹਨਾਂ ਨੂੰ ਪੁੱਛਦੇ ਆ। ਹੈਲੋ, ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਹਾਂਜੀ ਆਂਟੀ ਜੀ, ਦੱਸੋ ਕੀ ਕਹਿੰਦੇ ਹੋ। ਆਂਟੀ ਇਹ ਕਹੇਗੀ, ਇੱਕ ਕਾਲਰ ਕਹਿ ਕੇ ਗਏ ਨੇ ਫਿਰ ਚਲੇ ਜਾਓ, ਤੁਹਾਨੂੰ ਪਤਾ ਉੱਥੋਂ ਦਾ ਕੀ, ਦੁਬਾਰਾ ਜਿਹੜੀ ਲੜਕੀ ਨੇ ਹੱਥ ਜੋੜੇ ਨੇ ਉਹ ਯੈਸ ਨੀ ਕਰ ਰਹੀ, ਇਹਨੂੰ ਪਸੰਦ ਨੀ ਕਰ ਰਹੀ, ਉੱਥੇ ਕੀ ਲੈਣ ਜਾਣਾ, ਨੰਬਰ ਇੱਕ। ਓਕੇ, ਦੂਜੀ ਗੱਲ ਇਹ ਕੁਛ ਨੀ ਹੁੰਦਾ, ਇਹਨੂੰ ਇਹ ਇਹਨੂੰ ਡਾਕਟਰ ਦੀ ਹੈਲਪ ਚਾਹੀਦੀ ਹੈ, ਕਾਉਂਸਲ ਕਰਾਇਆ ਜਾ ਕੇ, ਸ਼ਰਾਬ ਛੱਡ ਦੇਵੇ, ਜਿਹਦੇ ਨੇ ਡਿੱਗ ਛੁੱਟ ਗਈ ਨਾ, ਇਹਨੂੰ ਕੁੜੀਆਂ ਕੜੀ ਸਭ ਭੁੱਲ ਜਾਏ, ਕੁਛ ਨੀ ਹੋਣਾ, ਆਪਣੇ ਬਿਲਕੁਲ ਆਪਣੇ ਸਹੀ ਦਿਮਾਗ ਤੇ ਆ ਜਾਏਗਾ। ਜੀ ਜੀ, ਦੂਜੀ ਉਹਦੀ ਮੰਮੀ ਨੂੰ ਮੈਂ ਕਹਾਂਗੀ, ਇਹ ਨਹੀਂ ਜਾਂਦਾ ਤਾਂ ਵੀ ਇਹਨੂੰ ਡਾਕਟਰ ਹੈਲਪ ਲਓ, ਇੰਨੀਆਂ ਚੀਜ਼ਾਂ ਨੇ ਡਰਿੰਕ ਛੱਡਣ ਵਾਸਤੇ, ਸ਼ਰਾਬ ਬਹੁਤ ਕੁਛ, ਦੇਸੀ ਨੁਸਖੇ ਲੋਕੀ ਲੈ ਕੇ ਸ਼ਰਾਬਾਂ ਛੱਡ ਗਏ, ਜਿਹਦੇ ਨੇ ਸ਼ਰਾਬ ਛੱਡੇਗਾ ਸਾਰਾ ਕੁਛ ਕਲੀਅਰ ਹੋ ਜਾਏਗਾ, ਇਹਨੂੰ ਡਾਕਟਰ ਦੀ ਹੈਲਪ ਜ਼ਰੂਰ ਲਵੋ, ਬਸ ਉਹ ਕੁੜੀ ਨੂੰ ਜਦੋਂ ਉਹ ਇਹਨੇ ਇਗਨੋਰ ਕਰ ਗਈ ਹੈ, ਤਾਂ ਆਪਾਂ ਕੁੜੀਆਂ ਦਾ ਹੀ ਘਾਟਾ ਹੈ, ਜਦੋਂ ਤੂੰ ਸਹੀ ਹੋਵੇਗਾ, ਜੋਬ ਕਰੇਗਾ, ਡਰਿੰਕ ਛੱਡੇਗਾ, ਆਪਣੇ ਆਪ ਜਿੱਥੇ ਕਿਸਮਤ ਆਪੇ ਮਿਲ ਜਾਏਗੀ। ਮੰਮੀਆਂ ਦਾ ਅਪਸੈਟ ਹੋਣਗੀਆਂ ਹੀ ਨਾ, ਮਾਂ ਤਾਂ ਕੜ ਕਿੰਨੇ ਬਣਾ ਦਿੱਤੀ ਹੈ, ਮਾਂ ਵਾਸਤੇ ਬੱਚਿਆਂ ਨੂੰ ਇੱਕ ਦੋ ਜਰਾ ਕੁ ਨਹੀਂ ਆਉਣਗੇ ਤਾਂ ਵੀ ਆਪਾਂ ਘਬਰਾ ਜਾਂਦੇ ਹਾਂ, ਹੁਣ ਮੰਮੀ ਵੀ ਸੱਚੀ ਹੈ, ਮੰਮੀ ਤੇ ਕਹਾਂਗੀ ਜ਼ਿਆਦਾ ਆਪਣੀ ਸਿਹਤ ਨੂੰ ਖਰਾਬ ਨਾ ਕਰੋ, ਇਹਨੂੰ ਡਾਕਟਰ ਕੋਲ ਜਾਓ, ਡਾਕਟਰ ਦੀ ਹੈਲਪ ਲਓ, ਕਾਉਂਸਲ ਕੋਲ ਜਾਏਗਾ, ਸ਼ਰਾਬ ਛੱਡੇਗਾ, ਤੇ ਬਿਲਕੁਲ ਇਹ ਮੈਂ ਦਿਮਾਗ ਸਹੀ ਹੋ ਜਾਏਗਾ, ਇਹਨੂੰ ਕੁੜੀ ਵੀ ਭੁੱਲ ਜਾਏਗੀ ਜਿਹਨੇ ਸ਼ਰਾਬ ਛੱਡ ਜਾਏਗਾ। ਬਿਲਕੁਲ ਠੀਕ ਆਂਟੀ ਜੀ, ਥੈਂਕ ਯੂ ਸੋ ਮਚ, ਹੋਰ ਪੁੱਛਦੇ ਆ। ਹੈਲੋ ਹੈਲੋ, ਹਾਂਜੀ ਹਾਂਜੀ ਨਸੀਬ ਜੀ, ਹਾਂਜੀ, ਪਤਾ ਕੀ ਹੋਈ ਗੱਲ ਆ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਤੇ ਕੀ ਬਣੂ ਦੁਨੀਆਂ ਦੇ, ਗਾਣੇ ਸੱਚੇ ਆ, ਤੇ ਮੈਂ ਇਹਦੀ ਮਾਤਾ ਨੂੰ ਐ ਕਹਿੰਦੀ ਆ, ਬਈ ਪਹਿਲੀ ਗੱਲ ਤਾਂ ਇਹਨੂੰ ਇਹਨੂੰ ਵੀ ਨੀ ਸੀ ਜਾਣਾ ਚਾਹੀਦਾ, ਕੁੜੀ ਨੂੰ ਇੱਕ ਵਾਰ ਉਹਨੇ ਜਵਾਬ ਦਿੱਤਾ ਸੀ, ਹਾਂਜੀ, ਤੇ ਉਹਦਾ ਉਹਨੇ ਉਹਨੇ ਤਾਂ ਜੋਕ ਕੀਤਾ ਹੋਣਾ ਮੁੰਡੇ ਨੂੰ, ਮੁੰਡਾ ਮਗਰ ਲੱਗ ਗਿਆ, ਇਹਦੀ ਮਾਂ ਕੁੜੀ ਦੀ ਮਿਹਨਤ ਕਰ ਲਵੇ, ਜਦੋਂ ਜਾ ਕੇ ਮਿਲੀ ਹੋਈ ਆ ਨਾ, ਫੋਨ ਨੰਬਰ ਹੈਗਾ, ਕਹਿੰਦੇ ਬੇਟਾ ਇਹਨੂੰ ਇੱਕ ਵਾਰ ਸ਼ਟ ਆਫ ਕਹਿ ਦੇ, ਵੀ ਸ਼ਟ ਆਫ, ਮੈਂ ਅਮਰੀਕਾ ਨੇ ਆਉਣਾ, ਤੂੰ ਮੇਰੀ ਪਸੰਦ ਨੀ, ਤੂੰ ਆਪਦੀ ਸ਼ਰਾਬ ਛੱਡ ਤੇ ਆਪਦਾ ਮੌਜ ਨਾਲ ਜੋਬ ਤੇ ਲੱਗ, ਤੇ ਮਾਂ ਕੁੜੀ ਦੀ ਮਿਹਨਤ ਕਰ ਲੈ, ਵੀ ਸਾਡਾ ਘਰ ਬਰਬਾਦ ਹੁੰਦਾ, ਤੂੰ ਇਹਨੂੰ ਕਿਹੜਾ ਚੱਕ ਦੋ ਕਿਹੜਾ ਝਾੜ ਦੇ ਚੰਗੀ ਤਰ੍ਹਾਂ, ਤੇ ਵੀ ਆਪੇ ਫਿਰ ਉਸ ਤੋਂ ਬਾਅਦ ਲੈ ਕੇ ਜਾਵੇ ਇਹਨੂੰ ਪਾਗਲ ਵਾਲੇ ਹਸਪਤਾਲ, ਜੇ ਬੰਦਾ ਨਾ ਸ਼ਰਾਬ ਪੀ ਕੇ ਬੰਦਾ ਕੁੜੀ ਮਗ ਪਾਗਲ ਹੋ ਜੇ, ਉਹ ਪਾਗਲ ਹੀ ਕਹਿੰਦੇ ਆ ਉਹਨੂੰ, ਚੰਗੇ ਡਾਕਟਰ ਦੇ ਲਿਜਾਵੇ, ਆਖੇ ਵੀ ਦੂਜਾ ਮਤਲਬ ਵੀ ਡਾਕਟਰ ਜੀ ਆਹ ਗੱਲ ਆ, ਤੇ ਆਪ ਉਹਨੂੰ ਸਮਝਾਊਗਾ, ਡਾਕਟਰ ਸਮਝਾਉਣ ਵਾਲੇ ਇੱਥੇ ਆਲਰੇਡੀ ਹੈਗੇ ਆ, ਜੀ ਜੀ ਜੀ, ਤੇ ਪਾਗਲ ਬੱਚਿਆਂ ਵੱਲ ਜਾਂਦੇ ਆ ਜਾਂ ਦੂਜੇ ਬੱਚਿਆਂ ਨੂੰ ਜਾਂਦੇ ਆ ਜਿਹੜੇ ਸਹੀ ਨੀ ਹੁੰਦੇ, ਉਵੇਂ ਹੋ ਗਿਆ ਇਹ, ਤੇ ਕੁੜੀਆਂ ਦਾ ਘਾਟਾ ਦੱਸੋ, ਅਮੈਰੀਕਾ ਕੁੜੀਆਂ ਤਾਂ ਇੰਡੀਆ ਚ ਦੂਜਾ ਵੀ ਮੁੰਡੇ ਲੱਭਦੇ ਜਾਂ ਕਿਵੇਂ, ਤੇ ਵੀ ਤਾਂ ਅਮਰੀਕਾ ਦਾ ਹੀ ਦੂਜਾ ਪਸੰਦ ਕਰਦੀ ਕਿ ਨਹੀਂ ਮੁੰਡਾ ਸੋਹਣਾ ਹੋਣਾ ਜਾਂ ਮੁੰਡੇ ਦੀ ਅਕਲ ਨੀ ਸੋਹਣੀ ਹੋਣੀ, ਨਹੀਂ ਤਾਂ ਅਮੈਰੀਕਾ ਨੂੰ ਕੁੜੀਆਂ ਬੁੜਿਆਂ ਨਾਲ ਵੀ ਵਿਆਹ ਕਰਾ ਲੈਂਦੀਆਂ। ਸੋ ਬਿਲਕੁਲ ਇਹੀ ਕਿ ਅਮਰੀਕਾ ਦੇ ਲਾਲਚ ਵੀ ਉਹ ਹਾਂ ਨਹੀਂ ਕਰਾ ਰਹੀ, ਤੇ ਉਹਨੂੰ ਬੰਦਾ ਪਸੰਦ ਨਹੀਂ ਹੈ, ਲਾਲਚ ਕਰਦੇ ਬੁੱਢੇ ਨਾਲ ਵਿਆਹ ਕਰ ਦਿੰਦੇ ਆ ਕਈ, ਤੇ ਕਰਾ ਲੈਂਦੀਆਂ ਹੁਣ ਦੀਆਂ ਮਾਰੀਆਂ, ਆਈ ਨੋ, ਕੋਈ ਲਾਲਚ ਨਹੀਂ ਕੁੜੀ ਦਾ, ਕੁੜੀ ਆਖਦੇ ਵੀ ਮੇਰੇ ਮਾਂ ਪਿਓ ਨੇ ਮੁੰਡਾ ਵੇਖਿਆ ਵਾ, ਮੇਰੀ ਅੰਗੇਜਮੈਂਟ ਹੋਣ ਵਾਲੀ ਆ, ਭੁੱਲ ਜਾ ਤੂੰ, ਮੈਂ ਨੀ ਅਮਰੀਕਾ ਆਉਣਾ, ਤੇ ਚੁੱਪ ਕਰਕੇ ਸ਼ਰਾਬ ਛੱਡ ਤੇ ਕੰਮ ਤੇ ਲੱਗ ਤੇ ਉਹਦੀ ਮਾਂ ਨੂੰ ਦੁਖੀ ਨਾ ਕਰ, ਤੇ ਮਾਂ ਕੁੜੀ ਨੂੰ ਸਿਖਾ ਦੇਵੇ ਇੱਕ ਟੁੱਕ ਤੂੰ ਕਿਹੜਾ ਇੱਕ ਦਿਨ ਮੇਰੀ ਧੀ ਹੈ ਗੱਲ ਕਰਦੇ, ਸੋਰੀ ਸਾਡੀ ਗਲਤੀ ਹੈ ਤੇਰੇ ਕੋਲੇ ਅਸੀਂ ਆਏ, ਤੇ ਵੀ ਮੁੰਡਾ ਪਾਗਲ ਹੋ ਗਿਆ ਵੀ ਤੂੰ ਮਤਲਬ ਇਹਨੇ ਮੁੰਡੇ ਨੂੰ ਇੱਕ ਵਾਰ ਕਹਿ ਦੇ, ਠੀਕ ਹੈ ਨਸੀਬ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ, ਕਿਉਂਕਿ ਵਾਕਈ ਬਿਲਕੁਲ ਸਹੀ ਕਹਿ ਰਹੇ ਨਸੀਬ ਜੀ ਕਿ ਵਾਪਸ ਜਾਣ ਦਾ ਮੈਨੂੰ ਵੀ ਨਹੀਂ ਲੱਗਦਾ ਕਿ ਕੋਈ ਫਾਇਦਾ ਹੈ, ਕਿਉਂਕਿ ਉਹ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ, ਜਿਵੇਂ ਜਸਪ੍ਰੀਤ ਨੇ ਸ਼ੁਰੂ ਕੀਤਾ ਸੀ ਕਿ ਉਸ ਪਾਸੇ ਦੇਖੇ ਹੀ ਨਾ, ਹੁਣ ਉਹਦੇ ਨਾਲ ਗੱਲ ਕਰਨਾ ਬੰਦ ਕਰ ਦੇ ਤਾਂ ਬੈਟਰ ਹੋਏਗਾ, ਕਿਉਂਕਿ ਕੋਈ ਨਾ ਕੋਈ ਚੀਜ਼ ਉਹਨੂੰ ਫਿਰ ਹੋਪ ਦੇ ਦਿੰਦੀ, ਔਰ ਹੋ ਸਕਦਾ ਹੈ ਵਾਕਈ ਉਹ ਵੀ ਜਸਟ ਨਾ ਜ਼ਰੂਰ ਕਰ ਰਹੀ ਹੈ ਪਰ ਪੋਲਾਈਟ ਹੈ ਟੈਕਸਟ ਤੇ। ਸੋ ਇੱਕ ਤਾਂ ਇਹ ਹੈ ਕਿ ਮਾਂ ਕਹੇ ਕਿ ਤੂੰ ਉਹਨੂੰ ਬੁਰੀ ਤਰ੍ਹਾਂ ਸ਼ਟਅਪ ਕਰ ਦੇ, ਗਾਲਾਂ ਕੱਢ ਕੇ ਨਹੀਂ, ਬਿਲਕੁਲ ਮੈਂ ਹੁਣ ਦੁਬਾਰਾ ਟੈਕਸ ਤੱਕ ਨਹੀਂ ਕਰਨਾ, ਕੋਈ ਈਮੇਲ ਨਹੀਂ ਕਰਨੀ, ਕੁਛ ਨਹੀਂ ਕਰਨਾ। ਬਟ ਦੂਸਰੇ ਪਾਸੇ ਇਹ ਵੀ ਹੈਗਾ ਕਿ ਸਿਰਫ ਉਹ ਵਾਲੀ ਚੀਜ਼ ਨਹੀਂ ਹੈ, ਯੂ ਨੋ ਆਂਟੀ ਜੀ ਵੀ ਠੀਕ ਕਹਿ ਰਹੇ ਨੇ ਕਿ ਇੱਕ ਵਾਰੀ ਸ਼ਰਾਬ ਹਟ ਜਾਂਦੀ ਹੈ
ਔਰ ਬੜੀ ਦੇਰ ਤੋਂ ਮਾਂ ਕਹਿ ਰਹੀ ਹੈ ਇਸ ਤਰ੍ਹਾਂ ਦਾ ਹੀ ਐਟੀਟਿਊਡ ਹੈ, ਆਈ ਡੋਂਟ ਕੇਅਰ, ਕੁਛ ਕਿਸੇ ਦਾ ਫਾਇਦਾ ਨਹੀਂ, ਬਸ ਇੱਕ ਨੈਗੇਟਿਵ ਜਿਹਾ ਐਟੀਟਿਊਡ ਹੈ, ਉਹ ਠੀਕ ਹੋ ਜਾਏ ਨਾ ਅਗਰ, ਤਾਂ ਕੁੜੀਆਂ ਆਪੇ ਮਿਲ ਜਾਣਗੀਆਂ, ਜੋਬਸ ਵੀ ਆਪੇ ਮਿਲ ਜਾਣਗੀਆਂ, ਪਰ ਉਹ ਐਟੀਟਿਊਡ ਅਤੇ ਸ਼ਰਾਬ ਜਿਹੜਾ ਹੈ ਉਹ ਪਹਿਲੇ ਫਿਕਸ ਕਰ ਲਏ। ਸੋ ਹੀ ਹੈਜ਼ ਟੂ ਟੇਕ ਕੇਅਰ ਆਫ ਹਿਮਸੈਲਫ ਫਸਟ, ਪਹਿਲੇ ਆਪਣੇ ਆਪ 'ਤੇ ਫੋਕਸ ਕਰੇ ਸਾਰੀਆਂ ਫੋਕ ਜਗ੍ਹਾਵਾਂ ਤੋਂ ਹਟਾ ਕੇ, ਕਿਉਂਕਿ ਇੱਕ ਪਿੱਛੇ ਕਿਸੇ ਨੇ ਕੁਛ ਭੇਜੀ ਸੀ ਈਮੇਲ, ਦੱਸ ਰਹੇ ਸੀ ਕਿ ਮੈਂ ਬਹੁਤ ਪੀਂਦਾ ਸੀ ਔਰ ਮੇਰੀ ਛੁੱਟ ਗਈ, ਕਹਿੰਦਾ ਮੈਂ ਹੈਰਾਨ ਹਾਂ ਕਿ ਮੈਂ ਕੀ ਮਿਸ ਕਰ ਰਿਹਾ ਸੀ ਦੁਨੀਆ ਦੇ ਵਿੱਚ, ਇਤਨੀ ਸੋਹਣੀ ਖੂਬਸੂਰਤ ਦੁਨੀਆ, ਔਰ ਮੈਂ ਜਦੋਂ ਪੀਂਦਾ ਸੀ ਤਾਂ ਮੈਨੂੰ ਹੋਰ ਕੁਛ ਧਿਆਨ ਨਹੀਂ ਰਹਿੰਦਾ ਸੀ, ਅੱਜ ਕੀ ਹੋ ਰਿਹਾ, ਕਿਹਦਾ ਜਨਮ ਦਿਨ ਹੈ, ਬਾਗ ਵਿੱਚ ਗੁਲਾਬ ਬੜੇ ਸੋਹਣੇ ਮੇਰੇ ਘਰ ਖਿਲੇ ਹੋਏ ਆ, ਮੈਨੂੰ ਕੁਛ ਨਹੀਂ ਦਿਖਦਾ ਸੀ, ਸਿਰਫ ਇਹ ਦਿਖਦਾ ਸੀ ਕਿ ਮੈਂ ਕਦੋਂ ਨੈਕਸਟ ਪੀਣੀ ਹੈ, ਜਾਂ ਫਿਰ ਇਸ ਕੇਸ ਦੇ ਵਿੱਚ ਉਹਨੂੰ ਪੀਣ ਦੀ ਜਾਂ ਫਿਰ ਕੁੜੀ ਦੀ। ਉਸੀ ਧਿਆਨ ਦੇ ਵਿੱਚ ਉਹ ਹਰ ਪਲ ਗੁਆ ਰਿਹਾ, ਹਰ ਮੂਮੈਂਟ ਜਿਹੜੀ ਉਹ ਗੁਆ ਰਿਹਾ। ਸੋ ਜਦ ਤੱਕ ਉਹ ਚੀਜ਼ ਨਹੀਂ ਵਾਪਸ ਆਉਂਦੀ ਤਾਂ ਤੱਕ ਉਹ ਫਿਰ ਕਿਸੇ ਕੁੜੀ ਨਾਲ ਕਰਨ ਦਾ ਵੀ ਕੀ ਫਾਇਦਾ, ਜ਼ਬਰਦਸਤੀ ਕਹੋ ਜੀ, ਕਈ ਕਹਿਣਗੇ ਹਾਂਜੀ ਕਿਸੇ ਕੁੜੀ ਪਾਸੇ ਲੱਗ ਜਾਏਗਾ, ਫਿਰ ਠੀਕ ਹੈ, ਪਹਿਲੇ ਆਪਣੇ ਆਪ ਨੂੰ ਫਿਕਸ ਕਰ ਲਓ। ਕੁੜੀਆਂ ਦਵਾਈਆਂ ਤਾਂ ਨਹੀਂ ਜਿਹਦੇ ਨਾਲ ਕਿ ਜ਼ਿੰਦਗੀ ਠੀਕ ਕਰਨ ਵਾਸਤੇ ਤੁਸੀਂ ਆਪਣੇ ਘਰ ਲਿਆਓ। ਸੋ ਆਈ ਵੁੱਡ ਡੈਫੀਨੇਟ ਕਿ ਉਹ ਵਾਕਈ ਸਿਟੀਜ਼ਨ, ਅਮੈਰੀਕਨ ਸਿਟੀਜ਼ਨ ਹੈ, ਮਿਲ ਤਾਂ ਕੋਈ ਜਾਏਗੀ, ਬਟ ਇਸ ਤਰ੍ਹਾਂ ਨਹੀਂ ਲੈ ਕੇ ਆ ਜਾਣਾ ਕਿ ਹਾਂਜੀ ਬਸ ਇਹਨੂੰ ਫਿਕਸ ਕਰਨਾ, ਪਹਿਲੇ ਦਵਾਈ ਕਰ ਲਓ, ਫਿਰ ਬੜੀਆਂ ਕੁੜੀਆਂ ਵਧੀਆ ਮਿਲ ਜਾਣਗੀਆਂ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਤੁਸੀਂ ਸਾਰੇ ਕਾਲ ਜ਼ਰੂਰ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਜੀ, ਹਾਂਜੀ ਅਰਵਿੰਦ ਜੀ, ਹਾਂਜੀ ਸੁਦਰਸ਼ਨ ਜੀ ਦੱਸੋ। ਹਾਂਜੀ, ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਹੀ ਹਾਂ ਕਿ ਇਸ ਬੱਚੇ ਦਾ ਇੱਕ ਤਰਫਾ ਪਿਆਰ ਹੈ, ਉਹਨੂੰ ਸਮਝ ਆ ਜਾਣੀ ਚਾਹੀਦੀ ਹੈ। ਸਭ ਤੋਂ ਵੱਡੀ ਚੀਜ਼ ਹੈ ਰਿਜੈਕਸ਼ਨ, ਜਦ ਉਸ ਬੱਚੇ ਨੂੰ ਰਿਜੈਕਸ਼ਨ ਮਿਲੀ ਹੈ ਉਹਦੇ ਕੋਲੋਂ, ਉਹਨੂੰ ਤਾਂ ਉਸ ਪਾਸੇ ਮੁੜ ਕੇ ਦੇਖਣਾ ਹੀ ਨਹੀਂ ਚਾਹੀਦਾ। ਉਹਦੀ ਮਦਰ ਨੂੰ ਵੀ ਇਹੀ ਸਮਝਾਉਣਾ ਚਾਹੀਦਾ ਕਿ ਬੇਟਾ ਉਹਨੇ ਤੈਨੂੰ ਰਿਜੈਕਟ ਕੀਤਾ, ਹੋਰ ਬਹੁਤ ਕੁੜੀਆਂ ਨੇ, ਹੋਰ ਪਹਿਲੇ ਤੂੰ ਆਪਣੀ ਜਿਹੜੀ ਆਦਤ ਹੈ ਪੀਣ ਦੀ ਇਹਨੂੰ ਖਤਮ ਕਰ। ਉਹ ਸਭ ਤੋਂ ਪਹਿਲੇ ਜ਼ਰੂਰੀ ਹੈ, ਇਹ ਕਾਉਂਸਲਿੰਗ ਇਹੀ ਹੈ ਕਿ ਉਹਦੀ ਪਹਿਲੇ ਆਦਤ ਹਟੇ, ਉਹਦੇ ਬਾਅਦ ਉਹ ਕੁੜੀਆਂ ਕੁੜੀਆਂ ਬਥੇਰੀਆਂ, ਕੁੜੀਆਂ ਦੀ ਐਸੀ ਕੋਈ ਗੱਲ ਨਹੀਂ। ਉਹ ਲੜਕੇ ਦਾ ਅਗਰ ਥੋੜ੍ਹਾ ਜਿਹਾ ਨਹੀਂ ਸਵਾਭਿਮਾਨੀ ਹੈ ਨਾ, ਉਹਨੂੰ ਇਹ ਸੋਚਣਾ ਚਾਹੀਦਾ ਕਿ ਮੈਨੂੰ ਰਿਜੈਕਸ਼ਨ ਮਿਲੀ ਹੈ ਤੇ ਇਸ ਕੁੜੀ ਕੋਈ ਜ਼ਰੂਰੀ ਹੈ ਮੈਂ ਇਹਦੇ ਪਿੱਛੇ ਰਹਿਣਾ। ਜੀ ਬਿਲਕੁਲ ਠੀਕ ਹੈ, ਤੁਹਾਡੇ ਹਿਸਾਬ ਨਾਲ ਇਹਨੂੰ ਡੈਫੀਨੇਟਲੀ ਕਾਉਂਸਲਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ, ਤੁਸੀਂ ਪਹਿਲੇ ਵੀ ਲਿਖਿਆ ਹੈ। ਹਾਂ, ਕਾਉਂਸਲਿੰਗ ਕਰਾਉਣੀ ਚਾਹੀਦੀ, ਉਹਨੂੰ ਜ਼ਰੂਰ ਤਾਂ ਕਾਉਂਸਲਿੰਗ ਦੀ, ਕਿਉਂਕਿ ਉਹਨੇ ਪੀਣਾ ਸ਼ੁਰੂ ਕਰ ਦਿੱਤਾ, ਐਸੇ ਆਸ਼ਿਕ ਨੇ, ਐਸੇ ਆਸ਼ਿਕ ਨੂੰ ਕੀ ਕਰਨਾ। ਥੈਂਕ ਯੂ ਸੋ ਮਚ ਸੁਦਰਸ਼ਨ ਜੀ, ਹੋਰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਨਵੇਂ ਵਿਊਅਰਸ ਨੂੰ ਔਰ ਈਵਨ ਪੁਰਾਣੇ ਨੂੰ ਪਲੀਜ਼ ਫੋਨ 'ਤੇ ਇੱਕਦਮ ਧਿਆਨ ਦਿਆ ਕਰੋ, ਕਾਂਟ ਵੇਟ, ਪਲੀਜ਼ ਕਾਲ ਅਸ ਬੈਕ, ਦੁਬਾਰਾ ਕਾਲ ਕਰੋ। ਹੈਲੋ ਹੈਲੋ, ਹਾਂ ਸਤਿ ਸ਼੍ਰੀ ਅਕਾਲ ਅਰਪਣ ਜੀ। ਹਾਂਜੀ ਹਾਂਜੀ, ਗਿਆਨ ਸਿੰਘ ਜੀ ਦੱਸੋ। ਹਾਂਜੀ, ਮੈਂ ਤਾਂ ਸੁਣ ਰਿਹਾ, ਸਾਰੇ ਠੀਕ ਹੀ ਰਾਏ ਦੇ ਰਹੇ ਆ। ਹਾਂਜੀ, ਹੁਣ ਮੁੰਡਾ ਦੇਖੋ ਇੱਥੇ ਸ਼ਰਾਬ ਪੀਂਦਾ, ਹਾਲਾਤ ਮੁੰਡੇ ਦੇ ਮਾੜੇ ਸੁਣੇ ਤੇ ਕੁੜੀ ਕਿੱਦਾਂ ਇਹਨੂੰ ਮੰਨ ਜਾਊਗੀ, ਠੀਕ ਨਹੀਂ। ਹੁਣ ਇੱਕ ਤਰਫਾ ਥੋੜੀ ਜਿਹੀ ਹੋ ਜਾਂਦਾ ਹੁੰਦਾ, ਠੀਕ ਨਹੀਂ, ਜਦ ਤਾਈ ਦੋਨੋਂ ਪਾਸੇ ਰਜਾਮੰਦੀ ਨਾ ਹੋਵੇ। ਤੇ ਇਸ ਕਰਕੇ ਇਹਨੂੰ ਮੁੰਡੇ ਨੂੰ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ। ਬਾਕੀ ਮੁੰਡੇ ਦੀ ਮਾਂ ਦੁਖੀ ਹੁੰਦੀ ਆ, ਉਹਦੇ ਚ ਮਾਂ ਦਾ ਕਸੂਰ ਇਹ ਆ ਕਿ ਹਮੇਸ਼ਾ ਬੱਚੇ ਪਹਿਲਾਂ ਛੋਟੀ ਉਮਰ ਚ ਵਿਗੜਨੇ ਸ਼ੁਰੂ ਹੋ ਜਾਂਦੇ ਆ। ਹੈ ਜੇ ਅੱਗੇ ਮੈਂ ਹਰ ਇੱਕ ਪਰਿਵਾਰ ਨੂੰ ਕਹਿੰਦਾ ਹੁੰਦਾ, ਪੂਰਾ ਧਿਆਨ ਰੱਖੋ ਉਹਦੇ ਚ ਬੱਚਾ, ਤਾਂ ਕਿ ਵਿਗੜੇ ਨਾ ਸਾਡਾ। ਹੁਣ ਜਦੋਂ ਥੋੜੀ ਥੋੜੀ ਪੀਣ ਲੱਗਾ, ਥੋੜਾ ਐਬ ਹੋਇਆ, ਜ਼ਿਆਦਾ ਡਰੰਕ ਹੀ ਹੋ ਗਿਆ ਹੁਣ, ਤੇ ਹੁਣ ਮਾਂ ਤਰਲੇ ਜਿਹਨੇ ਮਰਜ਼ੀ ਕਰ ਲਵੇ। ਜੀ ਬਿਲਕੁਲ, ਇਹ ਓਵਰਨਾਈਟ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਓਵਰਨਾਈਟ ਪਹਿਲੀ ਵਾਰੀ ਨਹੀਂ ਹੋਇਆ ਕਿ ਜੀ ਫਟਾਫਟ ਪੀਣ ਲੱਗਾ ਤੇ ਉਹ ਆਪੇ ਤੋਂ ਬਾਹਰ ਵੀ ਹੋ ਗਿਆ। ਮੈਂ 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 ਹਮੇਸ਼ਾ ਹਰ ਇੱਕ ਪਰਿਵਾਰ ਨੂੰ ਕਹਿੰਦਾ ਹੁੰਦਾ, ਬੱਚੇ ਦੀ 18-20 ਸਾਲ ਤਾਂ ਇਹਦੇ ਪੂਰੀ ਉਹਦੀ ਪੈਰਵੀ ਬੱਚੇ ਦੀ ਕਰਨੀ ਚਾਹੀਦੀ ਆ। ਹੁਣ ਸਾਡੇ ਬੱਚੇ ਹੁਣ ਮਜ਼ਾਰੀਆ ਕਿਤੇ ਸਾਡੇ ਮੂਹਰੇ ਕੁਸਕ ਵੀ ਜਾਣ, ਜਿੱਥੇ ਖੜੇ ਕਰੀਏ ਮਹਿਲਦੇ ਨੀ ਉੱਥੋਂ, ਹਨਾ, ਪੋਤਿਆਂ ਸਾਡਾ ਮੁੰਡਾ ਪੋਤਿਆਂ ਦੋਤਿਆਂ ਪੜੋਤਿਆਂ ਵਾਲਾ ਹੋ ਗਿਆ, ਮਜਾ ਲਿਆ ਕਦੀ ਸਾਡੇ ਮੂਹਰੇ ਕੋਈ ਅੱਖ ਵੀ ਉੱਚੀ ਕਰ ਲਵੇ। ਇਹ ਮਾਂ ਬਾਪ ਦਾ ਕਸੂਰ ਹੁੰਦਾ, ਮਗਰੋਂ ਮਾਵਾਂ ਏਦਾਂ ਕਰਦੀਆਂ, ਇੱਕ ਨੀ ਬਹੁਤ ਮਾਵਾਂ ਇਹ ਪਿਆਰ ਨਾਲ ਬੱਚਿਆਂ ਨੂੰ ਵਿਗਾੜ ਲੈਂਦੀਆਂ। ਤੇ ਉਸ ਕੁੜੀ ਦੀ ਗੱਲ ਤਾਂ ਮਨ ਚੋਂ ਉੱਕੀ ਕਰ ਦੇਵੇ, ਮਾਂ ਨੂੰ ਵੀ ਕਹਿ ਰਹੇ ਹੋ, ਮੁੰਡੇ ਨੂੰ ਕਹਿ ਰਹੇ ਹੋ, ਤੇ ਮਾਂ ਨੂੰ ਕਹੇ ਮੁੰਡਾ ਮੁੰਡੇ ਨੂੰ ਸਮਝਾਵੇ ਵੀ ਤੂੰ ਭਾਈ ਆਦਤਾਂ ਆਪਣੀਆਂ ਮਾੜੀਆਂ ਛੱਡ, ਚੰਗਾ ਬਣ ਤੇ ਕੁੜੀ ਲੱਭ ਜੂ, ਆਪਾਂ ਨੂੰ ਕੋਈ ਏਡੀ ਗੱਲ ਨੀ। ਠੀਕ ਹੈ ਜੀ, ਬਹੁਤ ਵਧੀਆ। ਹਾਂ, ਕੁੜੀ ਲੱਭਣੀ, ਮਾਂ ਨੂੰ ਇਹ ਸਮਝਾਵੇ ਵੀ ਤੂੰ ਕਿਹਦਾ ਧੱਕੇ ਨਾ ਕਿਹਦਾ ਬਗਾਨੇ ਕੁੜੀ ਲੈ ਆਏਗੀ, ਕਿਉਂ ਇਹ ਕੋਈ ਚੀਜ਼ ਥੋਕ ਹੋ ਕੇ ਮੁੱਲ ਲਿਆਉਣ ਵਾਲੀ ਹੁੰਦੀ ਆ। ਬਿਲਕੁਲ, ਪਿਆਰ ਦੇ ਸੌਦੇ ਆ,
थैंक यू सो मच ज्ञानसिंह जी, है जी? या थैंक यू सो मच, बिल्कुल सही कह रहे हो, ओदी भी पूरी रजामंदी चाहिए है। हेलो हेलो सत श्री अकाल, अरविंद जी गुरदीप बोलना जी। हां जी गुरदीप जी दसो, ये मुंडा हुन तो नहीं पीन लगा वे, ओ ठोकर लगी है ते ओ प्यार नहीं कर, बिल्कुल आप पी लगाए पहला तो पींदा है 100% श्योर। हां जी जरूर होएगा, थेरेपिस्ट मिल जाते हैं, अलग अलग प्रकार के तरीके दसते हैं। या नहीं होया, बिकॉज उसे पिछे कह रहे हैं। बिल्कुल अगर मां प्यो नूं ए भी लगदा है कि शुरुआत है तां वी जाओ, पर वाकई कोई पहली बारी शुरू करके कोई धक्का खाया शुरू करके इन्ना नहीं हो सकता जो तुसी मैच्योर अडल्ट है। सो इट कीप्स ग्रोइंग, सो ये सिचुएशन जी इस वेले हैगी है, वो एग्रीवेट जरूर कर रही है पहले दी जी प्रॉब्लम हैगी है। जिमें वो कहें कि यू नो इस तरह का एटीट्यूड हैगा कि कुछ नहीं फर्क पैंदा एंड किसी चीज़ च इंट्रस्ट नहीं लैंदा, सो वो सारिया चीज़ा पहले तो ही हैगी है, पर यह हुण होर एग्रीवेट हुई हुई है सिचुएशन। बट ਸਾਰਿਆਂ ਦਾ ਬਹੁਤ ਵਧੀਆ, ਥੈਂਕ ਯੂ ਸੋ ਮਚ। ਬਟ ਇਹੀ ਮੁੰਡੇ ਨੂੰ ਜ਼ਰੂਰ ਇਹ ਕਹਾਂਗੇ, ਇੱਕ ਸਮਰਾਈਜ਼ ਜ਼ਰੂਰ ਕਰ ਦਈਏ ਕਿ ਟੇਕ ਰਿਸਪੋਂਸਿਬਿਲਿਟੀ। ਹੁਣ ਵੀ ਜੇ ਮੇਰੀ ਗੱਲ ਹੋਈ ਹੈ ਤਾਂ ਕਿ ਕੁੜੀ ਦਾ ਕਸੂਰ ਹੈ, ਇਟਸ ਆਲ ਬਿਕੋਜ਼ ਆਫ ਦ ਗਰਲ ਜੋ ਮੇਰੇ ਸਿਰ 'ਤੇ ਚੜ੍ਹੀ ਹੋਈ ਹੈ, ਸਿਰ 'ਤੇ ਜਿਹਨੇ ਚੜ੍ਹਾਇਆ ਉਹਦੀ ਗਲਤੀ ਹੈ ਕਿ ਜੋ ਚੜ੍ਹੀ ਹੋਈ ਹੈ ਇਹ ਜ਼ਰੂਰ ਉਹ ਕਰਨਾ ਹੈ। ਉਹ ਜ਼ਮਾਨਾ ਗਿਆ ਕਿ ਹਾਂ ਦੁਬਾਰਾ ਦੁਬਾਰਾ ਉਹਨੂੰ ਹੀ ਕਹੀ ਜਾਵਾਂਗੇ, ਬਿਕੋਜ਼ ਇਟਸ ਅ ਡਿਫਰੈਂਟ ਵਰਲਡ, ਇਟਸ ਅ ਡਿਫਰੈਂਟ ਵਰਲਡ। ਕਿਉਂਕਿ ਕੁੜੀਆਂ ਇਸ ਵੇਲੇ ਆਪਣੇ ਹੱਕ ਡਿਫਰੈਂਟ ਸਮਝ ਰਹੀਆਂ, ਮੈਨੂੰ ਯੂ ਨੋ ਵੀ ਆਰ ਸਰਪ੍ਰਾਈਜ਼ਡ, ਕਿਉਂਕਿ ਬਹੁਤ ਕਈ ਵਾਰੀ ਨਾ ਵੀ ਜੋਬਸ ਹੁੰਦੀਆਂ, ਪੜ੍ਹੀ ਲਿਖੀ ਆ ਵੀ ਕੁੜੀਆਂ ਹੁਣ ਮੈਚ ਵੀ ਨਾ ਕਰੀ ਹੋਏ ਐਜੂਕੇਸ਼ਨ ਤਾਂ ਵੀ ਅਮੈਰੀਕਾ ਦੇ ਚੱਕਰ 'ਚ ਹਾਂ ਕਰ ਦਿੰਦੀਆਂ, ਪਰ ਉਹ ਨਾ ਕਰ ਰਹੀ ਹੈ। ਰੀਜ਼ਨ ਮੇ ਬੀ ਹੈ ਨਹੀਂ, ਸਾਨੂੰ ਫਿਗਰ ਆਊਟ ਕਰਨ ਦੀ ਲੋੜ ਨਹੀਂ ਹੈ ਕਿ ਉਹਨੂੰ ਕਿਸੇ ਹੋਰ ਨਾਲ ਹੈਗਾ ਜਾਂ ਨਹੀਂ ਹੈਗਾ, ਪਰ ਉਹਨੂੰ ਇਹ ਮੁੰਡਾ ਨਹੀਂ ਪਸੰਦ, ਦੈਟਸ ਇਨਫ। ਮਾਂ ਵਾਸਤੇ ਵੀ ਇੰਨਾ ਇਨਫ ਹੈ, ਪਰ ਮੁੰਡੇ ਨੂੰ ਜਿਵੇਂ ਮੈਂ ਪਹਿਲੇ ਕਿਹਾ ਟੇਕ ਰਿਸਪੋਂਸੀਬਿਲਿਟੀ, ਐਂਡ ਸੈਕਿੰਡਲੀ ਸੈਲਫ ਕੇਅਰ, ਪਲੀਜ਼ ਟੇਕ ਕੇਅਰ ਆਫ ਯੋਰ ਸੈਲਫ, ਫੋਕਸ ਔਨ ਯੋਰ ਸੈਲਫ, ਹੈਲਥ ਦਾ ਪੂਰਾ ਧਿਆਨ ਰੱਖੋ, ਕਿਉਂਕਿ ਜਿਹਦੇ ਨਾਲ ਵੀ ਹੋਵੋਗੇ, ਕੁੜੀ ਦੀ ਐਸੀ ਉਮਰ ਹੈ ਕਿ ਆਫਕੋਰਸ ਯੂ ਵਾਂਟ ਅ ਪਾਰਟਨਰ, ਕੁੜੀ ਚਾਹੀਦੀ ਹੈ, ਜੋਬ ਚਾਹੀਦੀ ਹੈ, ਸਾਰੀਆਂ ਚੀਜ਼ਾਂ ਤਾਂ ਮਿਲਣਗੀਆਂ। ਪਹਿਲੇ ਬੋਡੀ ਹੈਗੀ ਹੈ, ਮੈਂਟਲ ਸਟੇਟ ਤੁਹਾਡੀ ਠੀਕ ਹੈ, ਤੁਸੀਂ ਆਪ ਠੀਕ ਹੋ, ਸੋ ਸੈਲਫ ਕੇਅਰ ਬਹੁਤ ਜ਼ਰੂਰੀ ਹੈ। ਆਪਣੇ ਆਪ 'ਤੇ ਫੋਕਸ ਕਰਕੇ ਹੈਲਦੀ ਜਿਹੜੀ ਲਿਵਿੰਗ ਹੈ ਉਹ ਲਾਈਫ ਸਟਾਈਲ ਬਦਲੋ, ਐਂਡ ਮਦਰ ਨੂੰ ਜ਼ਰੂਰ ਕਹਾਂਗੇ ਕਿ ਇਸ ਵੇਲੇ ਜ਼ਰੂਰ ਸਪੋਰਟ ਚਾਹੀਦੀ ਹੈ। ਤੁਸੀਂ ਸਾਰੀ ਉਮਰ ਸਪੋਰਟ ਕਰਦੇ ਰਹੇ ਹੋ, ਇਸ ਵੇਲੇ ਚਾਹੀਦੀ ਹੈ, ਪਰ ਇੱਕ ਫਰਮ ਸਪੋਰਟ ਚਾਹੀਦੀ ਹੈ, ਪੈਂਪਰਿੰਗ ਵਾਲੀ ਬੱਚਿਆਂ ਵਾਲੀ ਸਪੋਰਟ ਨਹੀਂ ਚਾਹੀਦੀ। ਇੱਕ ਕਿਹੜੀ ਚੀਜ਼ ਠੀਕ ਹੈ, ਸਹੀ ਹੈ, ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ ਕਹੋ, ਸਟੋਪ ਚੇਜ਼ਿੰਗ ਦ ਗਰਲ। ਕੁੜੀ ਦੇ ਬਾਰੇ ਪੁੱਛ ਕੇ ਦੱਸਣਾ ਉਹਦੇ, ਉਹ ਸਾਰਾ ਬਿਲਕੁਲ ਕਾਟਾ ਲਾ ਦਿਓ ਉਹਦੇ 'ਤੇ, ਉਹ ਨਾ ਕਰੋ, ਐਂਡ ਡੈਫੀਨੇਟਲੀ ਟੇਕ ਹਿਮ ਟੂ ਦ ਡਾਕਟਰ। ਇੰਸ਼ੋਰੈਂਸ ਹੈ ਨਹੀਂ ਹੈ ਜੋ ਵੀ ਹੈ, ਡਾਕਟਰ ਕੋਲ ਜ਼ਰੂਰ ਲੈ ਕੇ ਜਾਓ ਇਸ ਤੋਂ ਪਹਿਲੇ ਕਿ ਗੱਲ ਹੱਥੋਂ ਨਿਕਲ ਜਾਏ। ਇੰਨਾ ਜ਼ਰੂਰ ਹੈ ਕਿ ਹਾਂ ਇਸ ਵੇਲੇ ਫਰਮ ਸਪੋਰਟ ਚਾਹੀਦੀ ਹੈ, ਪੇਰੈਂਟਸ ਦੀ, ਮਦਰ ਦੀ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।